ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਜੀ ਕਈ ਸਾਰੇ ਵਿਸ਼ੇ ਇਸ ਮੰਚ ਦੇ ਉੱਤੇ ਆਉਂਦੇ ਹਨ ਲੇਕਿਨ ਅੱਜ ਜਿਹੜਾ ਵਿਸ਼ਾ ਮੈਂ ਕਵਾਂਗਾ ਉਹ ਵਿਸ਼ਾ ਜਿਵੇਂ ਅਸੀਂ ਪੰਥਕ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ ਸਮਾਜਿਕ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ ਸਿਆਸੀ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ ਲੇਕਿਨ ਅਹਿਮ ਵਿਸ਼ਾ ਅੱਜ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ ਜੋ ਕਿ ਪੰਜਾਬ ਦਾ ਪਾਣੀਆਂ ਦਾ ਮੁੱਦਾ ਹੈ ਜੋ ਕਿ ਪੰਜਾਬ ਦਾ ਅਸਲ ਮੁੱਦਾ ਹੈਗਾ ਜਿਸ ਦੇ ਉੱਤੇ ਸਿਆਸਤਦਾਨਾਂ ਵੱਲੋਂ ਲਗਾਤਾਰ ਪੋਲੀਟਿਕਸ ਕੀਤੀ ਗਈ ਸਿਆਸਤ ਜਿਹੜੀ ਹੈਗੀ ਹੈ ਖੇਡੀ ਗਈ ਲੇਕਿਨ ਅੱਜ ਇੱਕ ਵੱਡੇ ਖੁਲਾਸੇ ਇਸ ਮੰਚ ਦੇ ਉੱਤੇ ਹੋਣਗੇ ਕਿ ਆਖਿਰਕਾਰ ਪੰਜਾਬ ਦਾ ਪਾਣੀਆਂ ਦਾ ਮੁੱਦਾ ਹੈ ਕੀ ਉਸ ਮੁੱਦੇ ਦੇ ਉੱਤੇ ਅੱਜ ਸਾਡੀ ਗੱਲਬਾਤ ਹੋਵੇਗੀ ਕਈ ਸਾਰੇ ਵੱਡੇ ਖੁਲਾਸੇ ਹੋਣਗੇ ਇੱਕ ਡਾਕੂਮੈਂਟਰੀ ਯੂਟਿਊਬ ਦੇ ਉੱਤੇ ਬਹੁਤ ਜ਼ਿਆਦਾ ਮੈਂ ਕਹਾਂਗਾ ਕਿ ਲੋਕਾਂ ਦੇ ਵਿੱਚ ਸਵਾਲ ਖੜ੍ਹੇ ਕਰ ਰਹੀ ਹੈ ਇਸ ਡਾਕੂਮੈਂਟਰੀ ਨੇ ਪੂਰਾ ਵੇਰਵਾ ਦਿੱਤਾ ਹੈ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਔਰ ਇਸ ਡਾਕੂਮੈਂਟਰੀ ਦਾ ਨਾਂ ਹੈਗਾ ਫਾਈਨਲ ਅਸੌਲਟ ਜੋ ਕਿ ਸੁਖਦੀਪ ਸਿੰਘ ਇਸ ਡਾਕੂਮੈਂਟਰੀ ਦੇ ਰਾਈਟਰ ਹਨ ਅਤੇ ਡਾਇਰੈਕਟਰ ਵੀ ਹਨ ਉਹਨਾਂ ਨੇ ਕਈ ਸਾਰੇ ਖੁਲਾਸੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਕੀਤੇ ਹਨ ਮੈਂ ਇੱਕ ਝਲਕ ਪਹਿਲਾਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਆਖਿਰਕਾਰ ਸਾਨੂੰ ਦੱਸਿਆ ਕੀ ਜਾ ਰਿਹਾ ਸਿਆਸਤਦਾਨਾਂ ਵੱਲੋਂ ਕੀ ਸਿਆਸਤ ਖੇਡੀ ਜਾ ਰਹੀ ਹੈ ਔਰ ਆਖਿਰਕਾਰ ਪੰਜਾਬ ਦੇ ਪਾਣੀਆਂ ਦੀ ਜਦ ਗੱਲ ਹੁੰਦੀ ਹੈ ਮੁੱਦਾ ਹੈ ਕੀ ਇਸ ਡਾਕੂਮੈਂਟਰੀ ਦੇ ਤਹਿਤ ਪੰਜਾਬ ਦੇ ਉਜਾੜੇ ਦਾ ਮੁੱਢ ਬਣਤਾ ਸੀ ਪੰਜਾਬ ਦੇ ਦਰਿਆਵਾਂ ਨੂੰ ਲੁੱਟਣ ਦੇ ਮਾਸਟਰ ਪਲਾਨ ਦੇ ਨਾਲ ਜੇ 47 ਤੋਂ ਪਹਿਲਾਂ ਪੰਜਾਬ ਦਾ ਕੋਈ ਪਾਣੀ ਬਾਹਰ ਜਾਂਦਾ ਸੀ ਤਾਂ ਉਹ ਸਿਰਫ ਬੀਕਾਨੇਰ ਨੂੰ ਜਾਂਦਾ ਸੀ ਜਿਹੜੀ ਫਿਰੋਜ਼ਪੁਰ ਹੈੱਡਵਰਕਸ ਤੋਂ ਗੰਗ ਕਨਾਲ ਨਿਕਲਦੀ ਆ ਜਿਹਨੂੰ ਬੀਕਾਨੇਰ ਫੀਡਰ ਵੀ ਕਹਿੰਦੇ ਨੇ ਸਿਰਫ ਉਹੀ ਇੱਕ ਨਹਿਰ ਸੀ ਜੋ ਪੰਜਾਬ ਤੋਂ ਬਾਹਰ ਜਾਂਦੀ ਸੀ ਉਹ ਵੀ ਮੁਫ਼ਤ ਨਹੀਂ ਸੀ ਬੀਕਾਨੇਰ ਦਾ ਰਾਜਾ ਮਾਲੀਆ ਦਿੰਦਾ ਸੀ ਪੰਜਾਬ ਨੂੰ ਉਹਦਾ 1947 ਤੱਕ ਉਸ ਪਾਣੀ ਦੇ ਪੰਜਾਬ ਨੂੰ ਪੈਸੇ ਮਿਲਦੇ ਰਹੇ ਨੇ ਅਤੇ 47 ਤੋਂ ਬਾਅਦ ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਕੰਮ ਹੀ ਇਹ ਕੀਤਾ ਉਹ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਸੀ ਮੁਫ਼ਤ ਕਰਤਾ ਸਿਰਫ ਇੰਨਾ ਹੀ ਨਹੀਂ 1950 'ਚ ਨਹਿਰੂ ਸਮੇਂ ਪੰਜਾਬ ਦੇ ਦਰਿਆਵਾਂ ਨੂੰ ਜੋੜਨ ਦੀ ਜਿਹੜੀ ਮਾਸਟਰ ਪਲਾਨ 'ਤੇ ਕੰਮ ਸ਼ੁਰੂ ਹੋਇਆ ਉਂਝ ਤਾਂ ਇਹਦਾ ਬਲੂ ਪ੍ਰਿੰਟ 48 'ਚ ਹੀ ਤਿਆਰ ਹੋ ਗਿਆ ਸੀ ਪਰ 50 'ਚ ਇਹਦੇ 'ਤੇ ਬਕਾਇਦਾ ਕੰਮ ਸ਼ੁਰੂ ਹੋ ਗਿਆ ਸੀ ਜਦੋਂ ਗੁਲਜ਼ਾਰੀ ਲਾਲ ਨੰਦਾ ਕੇਂਦਰ 'ਚ ਸਿੰਚਾਈ ਅਤੇ ਊਰਜਾ ਦਾ ਮੰਤਰੀ ਸੀ ਉਹ ਪਲੈਨਿੰਗ ਕਮਿਸ਼ਨ ਦਾ ਵਾਈਸ ਚੇਅਰਮੈਨ ਵੀ ਸੀ ਉਹਦੀ ਦੇਖ ਰੇਖ 'ਚ ਦੋ ਵੱਡੇ ਪ੍ਰੋਜੈਕਟ ਇੱਕ ਭਾਖੜਾ ਨੰਗਲ ਅਤੇ ਦੂਸਰਾ ਹਰੀਕੇ ਹੈੱਡਵਰਕਸ ਇਹਨਾਂ 'ਤੇ ਕੰਮ ਸ਼ੁਰੂ ਹੋਇਆ ਜਿਹੜਾ ਭਾਖੜਾ ਨੰਗਲ ਅਤੇ ਬਿਆਸ ਪ੍ਰੋਜੈਕਟ ਸੀ ਇੱਕ ਤਾਂ ਮੇਨ ਉਹਦੇ 'ਚ ਭਾਖੜੇ ਡੈਮ ਦੀ ਉਸਾਰੀ ਸੀ ਅਤੇ ਦੂਸਰਾ ਬਿਆਸ ਦੇ ਪਾਣੀ ਨੂੰ ਸਤਲੁਜ ਪਾਉਣਾ ਜਿਹਦੇ ਲਈ ਉਹਨਾਂ ਨੇ ਬਿਆਸ ਸਤਲੁਜ ਲਿੰਕ ਨਹਿਰ ਕੱਢੀ ਦੇ ਵਿੱਚ ਕੀ ਕੀਤਾ ਕਿ ਹਿਮਾਚਲ ਪ੍ਰਦੇਸ਼ 'ਚ ਮੰਡੀ ਦੇ ਕੋਲ ਪਾਂਡੂ ਡੈਮ ਅਤੇ ਬਿਆਸ ਦੇ ਪਾਣੀ ਨੂੰ ਬੰਨ ਲਾ ਲਿਆ ਉੱਥੋਂ 12 ਕਿਲੋਮੀਟਰ ਲੰਬੀ ਸੁਰੰਗ ਰਿਗਰ ਤੱਕ ਪੱਟੀ ਅਤੇ ਫਿਰ ਰਿਗਰ ਤੋਂ ਸੁੰਦਰਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਆ ਖੁੱਲ੍ਹੀ ਨਹਿਰ ਉਹਦੇ ਰਾਹੀਂ ਪਾਣੀ ਲੈ ਕੇ ਗਏ ਸੁੰਦਰਨਗਰ ਤੋਂ ਅਗਾਂਹ ਫਿਰ ਸਤਲੁਜ ਤੱਕ 12 ਕਿਲੋਮੀਟਰ ਲੰਬੀ ਸੁਰੰਗ ਆ ਜਿਹੜੀ ਅਲਸੀਦ ਖੱਡ ਕੋਲ ਜਾ ਕੇ ਗੋਬਿੰਦ ਸਾਗਰ ਝੀਲ ਦੇ ਉੱਪਰਲੇ ਪਾਸੇ ਸਤਲੁਜ ਪੈਂਦੀ ਆ ਇਹ ਜਿਹੜਾ ਸਾਰਾ ਸਤਲੁਜ ਦਾ ਅਤੇ ਬਿਆਸ ਦਾ ਪਾਣੀ ਆ 75 ਲੱਖ ਏਕੜ ਫੁੱਟ ਤੋਂ ਜ਼ਿਆਦਾ ਪਾਣੀ ਆ ਜਿਹਨੂੰ ਗੋਬਿੰਦ ਸਾਗਰ ਝੀਲ 'ਚ ਰੋਕਿਆ ਭਾਖੜੇ ਡੈਮ ਦੇ ਨਾਲ ਅਤੇ ਭਾਖੜੇ ਤੋਂ ਜਿਹੜਾ ਪਾਣੀ ਛੱਡਿਆ ਵੀ ਜਾਂਦਾ ਟਰਬਾਈਨਸ ਦੇ ਥਰੂ ਉਹਨੂੰ 13 ਕਿਲੋਮੀਟਰ ਹੇਠ ਆ ਕੇ ਨੰਗਲ ਡੈਮ 'ਤੇ ਰੋਕਿਆ ਹੋਇਆ ਫਿਰ ਨੰਗਲ ਡੈਮ ਤੋਂ ਇਹ ਪਾਣੀ ਪੱਕੀਆਂ ਨਹਿਰਾਂ ਰਾਹੀਂ ਪੰਜਾਬ ਤੋਂ ਬਾਹਰ ਜਾਂਦਾ ਆਹ ਜਿਹੜੀ ਭਾਖੜਾ ਮੇਨ ਲਾਈਨ ਆ 1954 ਦੀ ਨਿਕਲੀ ਇਹਦੇ ਰਾਹੀਂ ਦਿੱਲੀ ਹਰਿਆਣਾ ਅਤੇ ਰਾਜਸਥਾਨ ਤੱਕ ਪਾਣੀ ਜਾਂਦਾ ਸਤਲੁਜ ਤਾਂ ਨਾਂ ਦਾ ਹੀ ਦਰਿਆ ਇਹਦੇ 'ਚ ਤਾਂ ਪਾਣੀ ਆਉਂਦਾ ਹੀ ਉਦੋਂ ਆ ਜਦੋਂ ਹੜ੍ਹ ਆਉਣੇ ਨੇ ਜਾਂ ਜਦੋਂ ਭਾਖੜਾ ਜਵਾਬ ਦਿੰਦਾ ਅਤੇ ਇਸ ਦੇ ਨਾਲ ਦੂਜੇ ਪਾਸੇ 29 ਜਨਵਰੀ 1955 ਨੂੰ ਬਿਆਸ ਰਾਵੀ ਐਗਰੀਮੈਂਟ ਲਿਖਿਆ ਜਾਂਦਾ ਆਪ ਹੀ ਲਿਖਣਾ ਕਿਹੜਾ ਕਿਸੇ ਦੀ ਸਹਿਮਤੀ ਜ਼ਰੂਰੀ ਆ ਫਿਰ ਉਸ ਐਗਰੀਮੈਂਟ ਰਾਹੀਂ
ਰਾਵੀ ਦੇ ਪਾਣੀ ਨੂੰ ਪਠਾਨਕੋਟ ਕੋਲੋਂ ਮਾਧੋਪੁਰ ਹੈੱਡਵਰਕਸ ਜਿਹੜਾ ਅੰਗਰੇਜ਼ਾਂ ਨੇ 1902 'ਚ ਬਣਾਇਆ ਸੀ ਮਾਝੇ ਦੀ ਸਿੰਚਾਈ ਲਈ, ਉੱਥੋਂ ਰਾਵੀ ਬਿਆਸ ਲਿੰਕ ਨਹਿਰ ਪੱਟੀ ਜਿਹਦੇ ਰਾਹੀਂ ਰਾਵੀ ਦੇ ਪਾਣੀ ਨੂੰ ਬਿਆਸ 'ਚ ਪਾਇਆ ਅਤੇ ਨਾਲ ਉੱਧਰ ਫਿਰੋਜ਼ਪੁਰ ਹੈੱਡਵਰਕਸ ਤੋਂ ਥੋੜ੍ਹਾ ਜਿਹਾ ਉੱਪਰ ਹਰੀਕੇ ਪੱਤਣ ਜਿੱਥੇ ਸਤਲੁਜ ਅਤੇ ਬਿਆਸ ਮਿਲਦੇ ਨੇ ਨਵਾਂ ਹੈੱਡਵਰਕਸ ਬਣਾ ਲਿਆ। ਹੁਣ ਹਰੀਕੇ ਅਤੇ ਰਾਵੀ ਦਾ ਪਾਣੀ, ਬਿਆਸ ਦਾ ਪਾਣੀ ਅਤੇ ਸਤਲੁਜ ਦਾ ਬਚਦਾ ਪਾਣੀ ਸਾਰਾ ਰੋਕ ਲਿਆ ਅਤੇ ਜਿਹੜਾ ਫਿਰੋਜ਼ਪੁਰ ਹੈੱਡਵਰਕ ਸੀ ਜਿੱਥੋਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਲਈ ਨਹਿਰਾਂ ਨਿਕਲੀਆਂ ਸੀ ਅੰਗਰੇਜ਼ਾਂ ਵੇਲੇ ਦੀਆਂ, ਉਹਦੇ ਲਈ ਬਚਿਆ ਹੀ ਕੁਛ ਨਹੀਂ। ਪਰ ਹਰੀਕੇ ਤੋਂ ਦੋ ਪੱਕੀਆਂ ਨਹਿਰਾਂ ਕੱਢਤੀਆਂ ਰਾਜਸਥਾਨ ਲਈ, ਇੱਕ ਤਾਂ ਬੀਕਾਨੇਰ ਫੀਡਰ ਨੂੰ ਸਪਲਾਈ ਦੇਣ ਲਈ 1953 'ਚ ਅਤੇ ਦੂਸਰੀ ਇੰਦਰਾ ਗਾਂਧੀ ਨਹਿਰ ਜਿਹਨੂੰ ਰਾਜਸਥਾਨ ਫੀਡਰ ਵੀ ਕਹਿੰਦੇ ਨੇ 1961 'ਚ ਕੱਢੀ ਆ, ਜਿਹੜੀ ਜੈਸਲਮੇਰ ਤੱਕ ਜਾਂਦੀ ਆ ਪੰਜਾਬ ਦਾ ਪਾਣੀ ਲੈ ਕੇ। ਜਦੋਂ ਭਾਰਤ ਸਰਕਾਰ ਨੇ ਰਾਜਸਥਾਨ ਦੇ ਥਾਰ ਮਾਰੂਥਲ ਦੀ ਸਿੰਚਾਈ ਲਈ ਹਰੀਕੇ ਤੋਂ ਪੱਕੀਆਂ ਨਹਿਰਾਂ ਕੱਢਣ ਦੀ ਯੋਜਨਾ ਵਰਲਡ ਬੈਂਕ ਅੱਗੇ ਪੇਸ਼ ਕੀਤੀ ਤਾਂ ਉਸਨੇ ਇਸ ਪ੍ਰੋਜੈਕਟ ਨੂੰ ਇੱਕ ਡੂਵੀਅਸ ਅਤੇ ਇਕਨੋਮੀਕਲੀ ਅਨਜਸਟੀਫਾਈਏਬਲ ਪ੍ਰੋਜੈਕਟ ਕਹਿ ਕੇ ਰੱਦ ਕਰ ਦਿੱਤਾ ਸੀ। ਵਰਲਡ ਬੈਂਕ ਦੇ ਮਾਹਰਾਂ ਦੀ ਟੀਮ ਤਾਂ ਇਹ ਕਹਿੰਦੀ ਆ ਕਿ ਆਹ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ ਇਹ ਪਾਣੀਆਂ ਦੀ ਵੀ ਬਰਬਾਦੀ ਆ ਅਤੇ ਪੰਜਾਬ ਦੀ ਵੀ, ਪਰ ਉਸ ਦੇ ਬਾਵਜੂਦ ਨਹਿਰਾਂ ਤਾਂ ਮੁੱਦਾ ਕਿਉਂ ਕਰ ਰਹੇ ਹਾਂ? ਮੁੱਦਾ ਇਸ ਕਰਕੇ ਕਰ ਰਹੇ ਹਾਂ ਕਿ ਬਹੁਤ ਜਲਦ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਹੈਗਾ ਉਹ ਆਉਣ ਵਾਲਾ। SYL ਨੂੰ ਲੈ ਕੇ ਸੁਪਰੀਮ ਕੋਰਟ ਆਪਣਾ ਫੈਸਲਾ ਜਿਹੜਾ ਹੈਗਾ, ਕਵਾਇਦਾਂ ਐਂ ਲਾਈਆਂ ਜਾ ਰਹੀਆਂ ਹਨ ਕਿ ਜਿਹੜੀਆਂ ਦਲੀਲਾਂ ਹੋਈਆਂ ਕੋਰਟ ਦੇ ਵਿੱਚ ਉਹਨੂੰ ਲੈ ਕੇ ਫੈਸਲਾ ਆ ਸਕਦਾ। ਸਰਗਰਮੀਆਂ ਇਹ ਹਨ ਕਿ ਫੈਸਲਾ ਜਿਹੜਾ ਉਹ ਪੰਜਾਬ ਦੇ ਅਗੇਂਸਟ ਆ ਸਕਦਾ, ਪਰ ਮੁੱਦਾ ਇਹ ਨਹੀਂ। ਮੁੱਦਾ ਤਾਂ ਇਹ ਹੈਗਾ ਕਿ ਪਿਛਲੇ 70 ਸਾਲਾਂ ਤੋਂ ਪੰਜਾਬ ਦਾ ਪਾਣੀ ਤਾਂ ਆਲਰੇਡੀ ਜਾ ਹੀ ਚੁੱਕਿਆ, ਭਾਵੇਂ ਮੁੱਦਾ ਫੇਵਰ ਦੇ ਵਿੱਚ, ਭਾਵੇਂ ਜਿਹੜਾ ਫੈਸਲਾ ਹੈਗਾ ਉਹ ਫੇਵਰ ਦੇ ਵਿੱਚ ਆਏ ਜਾਂ ਫਿਰ ਫੇਵਰ ਦੇ ਵਿੱਚ ਨਾ ਆਏ, ਮਸਲਾ ਨਹੀਂ ਬਣਦਾ। ਪੰਜਾਬ ਦਾ ਪਾਣੀ ਆਲਰੇਡੀ ਜਾ ਚੁੱਕਿਆ। ਭਾਵੇਂ ਇੰਟਰਨੈਸ਼ਨਲ ਰਿਪੇਰੀਅਨ ਐਕਟ ਨੂੰ ਸਾਹਮਣੇ ਰੱਖ ਲਈਏ। ਇੰਟਰਨੈਸ਼ਨਲ ਰਿਪੇਰੀਅਨ ਐਕਟ ਕਹਿੰਦਾ ਕਿ ਜਿੱਥੋਂ ਦੀ ਵੀ ਪਾਣੀ ਦਾ ਪ੍ਰਭਾਵ ਪੈਂਦਾ, ਜਿੱਥੋਂ ਵੀ ਪਾਣੀ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਜਿੱਥੇ ਉਹਦਾ ਨੈਚੁਰਲ ਕੋਰਸ ਹੈਗਾ ਉਹ ਲੈਂਡ ਨੂੰ ਹੱਕ ਹੁੰਦਾ ਪਾਣੀ ਦੇ ਉੱਤੇ ਆਪਣਾ ਹੱਕ ਜਮਾਉਣ ਦਾ, ਪਰ ਇਹ ਹੱਕ ਤਾਂ ਆਲਰੇਡੀ ਸਰਕਾਰਾਂ ਸਾਡੇ ਤੋਂ ਲੈ ਚੁੱਕੀਆਂ ਹਨ। ਅੱਜ ਖੁਲਾਸਾ ਬਕਾਇਦਾ ਜਸ ਪੰਜਾਬੀ ਕਰੇਗਾ, ਜੋ ਕਿ ਫਾਈਨਲ ਅਸੌਲਟ ਦੇ ਰਾਈਟਰ ਹਨ, ਡਾਇਰੈਕਟਰ ਹਨ ਸੁਖਦੀਪ ਸਿੰਘ, ਉਹ ਵੀ ਸਾਡੇ ਨਾਲ ਜੁੜਨਗੇ। ਉਹ ਵੀ ਇਸ ਮੁਤਲਕ ਕਈ ਸਾਰੇ ਵੱਡੇ ਖੁਲਾਸੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਰਨਗੇ। ਤੁਸੀਂ ਵੀ ਸਾਨੂੰ ਕਾਲ ਕਰਕੇ ਆਪਣੇ ਵਿਚਾਰ, ਆਪਣੇ ਪ੍ਰਤੀਕਰਮ ਇਸ ਮੰਚ ਦੇ ਉੱਤੇ ਰੱਖ ਸਕਦੇ ਹੋ। ਸਾਡੇ ਤੋਂ ਲੈ ਲਿੱਤਾ ਗਿਆ ਪੰਜਾਬ ਦਾ ਪਾਣੀ, ਇਹੀ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤਾਂ ਬ੍ਰੇਕ ਤੋਂ ਬਾਅਦ ਸਵਾਗਤ ਹੈ। ਪਾਣੀਆਂ ਦਾ ਮੁੱਦਾ ਆਖਿਰਕਾਰ ਹੈ ਕੀ? SYL ਔਰ ਜਿਹੜਾ ਹਾਲ ਫਿਲਹਾਲ ਦੇ ਵਿੱਚ ਪਾਣੀਆਂ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਉਹਦੇ ਉੱਤੇ ਗੱਲ ਸਾਡੀ ਲਗਾਤਾਰ ਚੱਲ ਰਹੀ ਹੈ। ਫਾਈਨਲ ਅਸੌਲਟ ਜਿਹੜੀ ਡਾਕੂਮੈਂਟਰੀ ਹੈਗੀ ਹੈ ਬਕਾਇਦਾ, ਉਹਦੇ ਡਾਇਰੈਕਟਰ ਜਿਨ੍ਹਾਂ ਨੇ ਬਕਾਇਦਾ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਵੇਰਵਾ ਦਿੱਤਾ ਪਾਣੀਆਂ ਦੇ ਮੁੱਦੇ ਦੇ ਬਾਰੇ, ਉਹ ਹੁਣ ਸਾਡੇ ਨਾਲ ਮੌਜੂਦ ਨੇ, ਸੁਖਦੀਪ ਸਿੰਘ। ਉਹਨਾਂ ਦਾ ਮੈਂ ਇਸ ਮੰਚ ਦੇ ਉੱਤੇ ਸਵਾਗਤ ਕਰਦਾ। ਸੁਖਦੀਪ ਜੀ, ਸਭ ਤੋਂ ਪਹਿਲਾਂ ਇਸ ਮੰਚ ਦੇ ਉੱਤੇ ਤੁਹਾਡਾ ਸਵਾਗਤ ਹੈ। ਫਤਿਹ ਦੀ ਸਾਂਝ ਪਾਉਂਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸੁਖਦੀਪ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਮੈਂ ਤੁਹਾਨੂੰ ਜ਼ਰੂਰ ਵਧਾਈ ਦੇਣਾ ਚਾਹਾਂਗਾ, ਤੁਸੀਂ ਵਧਾਈ ਦੇ ਪਾਤਰ ਹੋ, ਜਿਹੜੀ ਇੰਨੀ ਬਾਕਮਾਲ ਤੁਸੀਂ ਡਾਕੂਮੈਂਟਰੀ ਲਿਖੀ ਔਰ ਪਾਣੀਆਂ ਦੇ ਮੁੱਦੇ ਨੂੰ ਤੁਸੀਂ ਪੂਰਾ ਸਮਝਾਇਆ ਔਰ ਮੈਨੂੰ ਲੱਗਦਾ ਕਿ ਡੀਪਲੀ ਜਾ ਕੇ ਜਿਹੜਾ ਹੈਗਾ ਸਮਝ ਆਈ। ਔਰ ਜਦ ਮੈਂ ਇਸ ਪੂਰੀ ਡਾਕੂਮੈਂਟਰੀ ਨੂੰ ਵੇਖਿਆ ਤਾਂ ਕਈ ਸਾਰੀ ਗੱਲਾਂ ਜਿਹੜੀ ਹੈਗੀ ਹੈ ਐਜ਼ ਅ ਜਰਨਲਿਸਟ ਮੈਨੂੰ ਵੀ ਸਮਝ ਆਈਆਂ ਕਿ SYL ਦਾ ਤਾਂ ਇੱਕ ਮੁੱਦਾ ਹੈਗਾ, ਲੇਕਿਨ SYL ਦੀ ਤਸਵੀਰ ਦਿਖਾ ਕੇ ਪਾਣੀ ਦੀ ਲੁੱਟ ਖੋਹ ਤਾਂ 1947 ਤੋਂ ਚਲੀ ਆ ਰਹੀ ਹੈ ਔਰ ਜਿਹੜਾ 6.5 ਦਾ ਮੈਂ ਲਗਾਤਾਰ ਕਹਾਂਗਾ ਕਿ ਜਿਹੜਾ ਮਿਲੀਅਨਸ ਦੇ ਹਿਸਾਬ ਨਾਲ ਵਾਟਰ ਪਰ ਏਕੜ ਲੈਂਡ ਨੂੰ ਚਾਹੀਦਾ ਹੈਗਾ ਉਹ 1.5 ਹਾਲ ਫਿਲਹਾਲ ਦੇ ਵਿੱਚ ਮਿਲ ਰਿਹਾ, 4.5 ਹੁਣੇ ਵੀ ਮਿਲੀਅਨ ਪਰ ਲੈਂਡ ਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਰਾਜਸਥਾਨ ਔਰ ਹਰਿਆਣਾ ਨੂੰ ਜਾ ਰਿਹਾ। ਤਾਂ 40 ਸਾਲ ਤੋਂ, ਪਿਛਲੇ ਲਗਭਗ 70 ਸਾਲਾਂ ਤੋਂ ਮੈਂ ਕਹਾਂਗਾ ਆਜ਼ਾਦੀ ਤੋਂ ਬਾਅਦ, ਸਾਡੇ ਨਾਲ ਤਾਂ ਲੁੱਟਖੋ ਹੋ ਹੀ ਰਹੀ ਹੈ, ਪਾਣੀ ਤਾਂ ਜਾ ਹੀ ਰਿਹਾ ਬਾਹਰ। ਹੁਣ ਭਾਵੇਂ ਫੈਸਲਾ ਸਾਡੇ ਫੇਵਰ 'ਚ ਆਏ ਜਾਂ ਫੇਵਰ 'ਚ ਨਾ ਆਏ, ਪਾਣੀ ਤਾਂ ਚੱਲ ਗਿਆ ਸਾਡੇ ਕੋਲੋਂ। ਸੁਖਦੀਪ ਸਿੰਘ ਜੀ, ਹਾਂਜੀ ਵੀਰ ਜੀ, ਫਸਟ ਆਫ ਆਲ ਰੀਅਲੀ ਮੈਂ ਕੋਈ
ਸੱਚੀ ਧੰਤਾ ਦਾ ਯੋਗ ਜਾਂ ਉਹ ਨਹੀਂ ਹੈਗਾ ਉਹਦਾ ਰੀਜ਼ਨ ਇਹ ਮੈਂ ਜ਼ਰੂਰ ਕਹਿਣਾ ਚਾਹੂੰਗਾ ਆਈ ਰੀਲੀ ਐਪਰੀਸ਼ੀਏਟ ਵੀ ਤੁਸੀਂ ਇਹ ਸੋਚਿਆ ਪਰ ਅਸਲ 'ਚ ਇਹ ਸਾਡਾ ਸਾਰਿਆਂ ਦਾ ਫਰਜ਼ ਆ ਕਿਉਂਕਿ ਸਾਡੀ ਐਗਜਿਸਟੈਂਸ ਦਾ ਮੁੱਦਾ ਇਹਦੇ ਵਿੱਚ ਜੇ ਕੋਈ ਵੀ ਵੀਰ ਕੰਮ ਕਰਦਾ ਕੋਈ ਵੀ ਭੈਣ ਕੰਮ ਕਰਦੀ ਆ ਉਹ ਬੇਸਿਕਲੀ ਕਿਸੇ ਸ਼ੌਕ ਨੂੰ ਜਾਂ ਕੋਈ ਵਾਹਵਾ ਲੈਣ ਲਈ ਨਹੀਂ ਹੈਗਾ ਉਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਜਿਵੇਂ ਕਿ ਤੁਸੀਂ ਕਰ ਰਹੇ ਹੋ ਅੱਜ ਤੁਹਾਨੂੰ ਕੋਈ ਚੀਜ਼ ਪਤਾ ਲੱਗੀ ਇਸ਼ੂ ਪਤਾ ਲੱਗਾ ਤੁਸੀਂ ਆਪਦਾ ਨੈਤਿਕ ਫਰਜ਼ ਸਮਝਦੇ ਹੋਏ ਉਹਨੂੰ ਸਾਰੇ ਪੰਜਾਬੀਆਂ ਤੱਕ ਸਾਰੇ ਸਰੋਤਿਆਂ ਤੱਕ ਸਾਂਝਾ ਕਰ ਰਹੇ ਹਾਂ ਉਸੇ ਤਰੀਕੇ ਨਾਲ ਜਿਹੜੀ ਇਨਫੋਰਮੇਸ਼ਨ ਮੈਨੂੰ ਮਿਲੀ ਜਾਂ ਜਿਹੜੀ ਮੈਨੂੰ ਪ੍ਰਾਪਤ ਹੋਈ ਮੈਂ ਆਪਦੀ ਉਹ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਨੇ ਉਹਨੂੰ ਸ਼ੇਅਰ ਕੀਤਾ ਤਾਂ ਕਿ ਸਾਨੂੰ ਅਸਲ 'ਚ ਸੱਚਾਈ ਦਾ ਪਤਾ ਲੱਗ ਸਕੇ ਬਿਲਕੁਲ ਔਰ ਮੈਂ ਇਸ ਗੱਲ ਨੂੰ ਸਮਝਿਆ ਸੁਖਦੀਪ ਸਿੰਘ ਜੀ ਮੈਂ ਨੈਚੁਰਲ ਰਿਸੋਰਸਿਸ ਦੀ ਜਦ ਗੱਲ ਕਰਦਾ ਤਾਂ ਹਰ ਸਟੇਟ ਦੇ ਵਿੱਚ ਆਪਣੇ ਨੈਚੁਰਲ ਰਿਸੋਰਸਿਸ ਹਨ ਅਸੀਂ ਅਗਰ ਸਾਊਥ ਦੀ ਸਾਈਡ ਚਲੇ ਜਾਈਏ ਤਾਂ ਉਹਨਾਂ ਦੇ ਕੋਲ ਗੋਲਡ ਨੂੰ ਲੈ ਕੇ ਮਾਈਨਿੰਗਸ ਨੂੰ ਲੈ ਕੇ ਜਿਹੜਾ ਹੈਗਾ ਬਹੁਤ ਉਹਨਾਂ ਦੇ ਕੋਲ ਭੰਡਾਰ ਹੈਗਾ ਦੇ ਹੈਵ ਲੋਟਸ ਆਫ ਕੋਲ ਪੈਟਰੋਲੀਅਮ ਗੋਲਡ ਮਾਈਨਸ ਉੱਥੇ ਬਕਾਇਦਾ ਮੌਜੂਦ ਹੈਗੀਆਂ ਜੋ ਕਿ ਨੈਚੁਰਲ ਰਿਸੋਰਸਿਸ ਉਹਨਾਂ ਨੂੰ ਮਿਲੇ ਪਰ ਪੰਜਾਬ ਦੇ ਕੋਲ ਨੈਚੁਰਲ ਰਿਸੋਰਸਾਂ ਸਿਰਫ ਪਾਣੀ ਹੀ ਸੀਗਾ ਔਰ ਇਹਨਾਂ ਦਰਿਆਵਾਂ ਦਾ ਹੀ ਪਾਣੀ ਸੀਗਾ ਉਹ ਵੀ ਸਾਡੇ ਤੋਂ ਲੈ ਲਿੱਤਾ ਗਿਆ ਬਿਲਕੁਲ ਵੀਰ ਜੀ ਜਿਵੇਂ ਤੁਸੀਂ ਰਾਈਟਲੀ ਕਿਹਾ ਪਹਿਲੀ ਤਾਂ ਗੱਲ ਜਿਹੜੀ ਇਹ ਲੁੱਟ ਇਹ ਅੱਜ ਦੀ ਨਹੀਂ ਹੈਗੀ ਇਹ ਲਗਾਤਾਰ 1947 ਤੋਂ ਪਲੈਨਡ ਲੁੱਟ ਸੀਗੀ ਸੈਕਿੰਡ ਚੀਜ਼ ਹੈਗੀ ਆ ਹਰ ਸਟੇਟ ਹਰ ਖਿੱਤੇ ਦੇ ਵਿੱਚ ਕੁਦਰਤ ਨੇ ਕੁਛ ਨਾ ਕੁਛ ਦਿੱਤਾ ਅਤੇ ਉਹ ਨੈਚੁਰਲ ਰਿਸੋਰਸ ਉਸ ਖਿੱਤੇ ਦੀ ਉਸ ਏਰੀਏ ਦੀ ਮਲਕੀਅਤ ਹੋਇਆ ਕਰਦੇ ਨੇ ਅਸੀਂ ਐਗਰੀਕਲਚਰ ਬੇਸਡ ਸਟੇਟ ਹਾਂ ਸਾਡਾ ਪੂਰੀ ਦੀ ਪੂਰੀ ਇਕੋਨਮੀ ਐਗਰੀਕਲਚਰ 'ਤੇ ਡਿਪੈਂਡੈਂਟ ਆ ਪਾਣੀ ਐਗਰੀਕਲਚਰ ਲਈ ਸਭ ਤੋਂ ਇੰਪੋਰਟੈਂਟ ਚੀਜ਼ ਆ ਪਾਣੀ ਐਗਰੀਕਲਚਰ ਨੂੰ ਵੀ ਛੱਡੀਏ ਲਾਈਫ ਲਈ ਇੰਪੋਰਟੈਂਟ ਚੀਜ਼ ਆ ਇੰਡਸਟਰੀ ਲਈ ਇੰਪੋਰਟੈਂਟ ਚੀਜ਼ ਆ ਸਾਡੀ ਲਿਵਿੰਗ ਲਈ ਇੰਪੋਰਟੈਂਟ ਚੀਜ਼ ਆ ਉਹ ਸਾਡਾ ਜਿਹੜਾ ਨੈਚੁਰਲ ਰਿਸੋਰਸ ਸੀਗਾ ਉਹ ਸਭ ਤੋਂ ਖੋਇਆ ਗਿਆ ਅਨਕੋਨਸਟੀਟਿਊਸ਼ਨਲੀ ਖੋਇਆ ਗਿਆ ਅਤੇ ਉਹਦੇ ਬਦਲੇ ਸਾਨੂੰ ਮਜਬੂਰ ਕੀਤਾ ਗਿਆ ਅਸੀਂ ਅਲਟਰਨੇਟਿਵ ਵੇ ਜਿਹੜੇ ਮਹਿੰਗੇ ਚਾਹੇ ਉਹ ਧਰਤੀ ਥੱਲਿਓਂ ਬਿਜਲੀ ਵਰਤ ਕੇ ਪਾਣੀ ਕੱਢੀਏ ਚਾਹੇ ਆਪਾਂ ਡੀਜ਼ਲ ਯੂਜ਼ ਕਰਕੇ ਪਾਣੀ ਕੱਢੀਏ ਕਿਉਂਕਿ ਸਾਡੀਆਂ ਨੀਡਸ ਤਾਂ ਉੱਥੇ ਹੀ ਆ ਅਸੀਂ ਆਪਦੀ ਨੀਡਸ ਨੂੰ ਪੂਰਾ ਕਰਨ ਲਈ ਆਪਦੇ ਪੱਲਿਓਂ ਪੈਸੇ ਖਰਚ ਕੇ ਇੱਕ ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਨੋਨ ਇਕਨੋਮਿਕ ਫਰੈਂਡਲੀ ਜਿਹੜੇ ਅਲਟਰਨੇਟਿਵ ਡੀਜ਼ਲ ਕੋਲਾ ਯੂਜ਼ ਕਰਕੇ ਅਸੀਂ ਉਹ ਐਨਰਜੀ ਉਹ ਪਾਣੀ ਯੂਜ਼ ਕਰ ਰਹੇ ਹਾਂ ਔਨ ਦਾ ਅਦਰ ਹੈਂਡ ਜਿਹੜਾ ਸਾਡੇ ਕੋਲ ਆਪਦਾ ਅਵੇਲੇਬਲ ਰਿਸੋਰਸ ਸੀ ਉਹ ਸਭ ਤੋਂ ਖੋਏ ਗਏ ਸਾਡੀ ਜਿਹੜੀ ਇਕਨੋਮਿਕ ਲੁੱਟ ਤਾਂ ਹੋਈ ਹੋਈ ਸਾਡੇ ਇਨਵਾਇਰਮੈਂਟ ਦਾ ਨੁਕਸਾਨ ਹੋਇਆ ਅਸੀਂ ਇਸ ਵੇਲੇ ਉਜਾੜੇ ਦੇ ਕੰਢੇ 'ਤੇ ਆ ਗਏ ਪਰ ਇਹ ਬੜੀ ਦੁਖਦਾਈ ਗੱਲ ਆ ਵੀ ਇਸ ਚੀਜ਼ ਦੀ ਜਿਹੜੀ ਸਵੈਰਿਟੀ ਆ ਇਸ ਚੀਜ਼ ਦੀ ਜਿਹੜੀ ਬਹੁਤ ਡੂੰਘਾਈ ਆ ਉਹਨੂੰ ਕਿਸੇ ਨੇ ਸੀਰੀਅਸ ਲਿਆ ਨਹੀਂ ਅਤੇ ਖਾਸ ਕਰਕੇ ਜਿਹੜੀ ਭਾਰਤ ਦੀ ਜਿਹੜੀ ਸੈਂਟਰ ਦੀ ਸਰਕਾਰ ਆ ਬਿਲਕੁਲ ਉੱਥੇ ਸੁਖਦੀਪ ਸਿੰਘ ਜੀ ਗੱਲ ਇੱਥੇ ਇਹ ਵੀ ਬਣਦੀ ਹੈ ਕਿ ਅੱਜ ਪਾਣੀ ਇੰਨੇ ਥੱਲੇ ਚਲਾ ਗਿਆ ਹੈਗਾ ਔਰ 450 ਤੋਂ ਲੈ ਕੇ 500 ਫੀਟ ਮੈਂ ਕਹਾਂਗਾ ਥੱਲੇ ਪਾਣੀ ਹੈਗਾ ਜੋ ਕਿ ਕੱਢਿਆ ਜਾਂਦਾ ਉਹਦੇ ਲਈ ਸਮਰਸੀਬਲ ਲਾਇਆ ਜਾਂਦਾ ਡੀਜ਼ਲ ਦੀ ਵਰਤੋਂ ਹੁੰਦੀ ਹੈਗੀ ਹੈ ਔਰ ਉਹੀ ਫਿਰ ਟੋਕਸਿਕ ਵਾਟਰ ਬਣ ਕੇ ਸਾਹਮਣੇ ਆਉਂਦਾ ਭਾਵੇਂ ਦਰਿਆਵਾਂ ਦੇ ਵਿੱਚ ਅੱਜ ਇਹੀ ਕਾਰਨ ਹੈਗਾ ਕਿ ਮਾਲਵਾ ਬੈਲਟ ਜਿਹੜੀ ਹੈਗੀ ਹੈ ਕੈਂਸਰ ਦੇ ਪੇਸ਼ੈਂਟਸ ਦੇ ਨਾਲ ਪੀੜਿਤ ਹੈ ਅੱਜ ਕੋਈ ਵੀ ਬੱਚਾ ਉੱਥੇ ਜਨਮ ਲੈਂਦਾ ਉਹਨੂੰ ਕੋਈ ਨਾ ਕੋਈ ਬਿਮਾਰੀ ਹੁੰਦੀ ਹੈ 100 ਪ੍ਰਕਾਰ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਇਸੇ ਕਰਕੇ ਹੋ ਰਹੀ ਹੈ ਸੋ ਇਹਨਾਂ ਦੇ ਵੱਲ ਸਰਕਾਰਾਂ ਦਾ ਧਿਆਨ ਨਹੀਂ ਗਿਆ ਆਈ ਥਿੰਕ ਦਾ ਮੇਨ ਇਸ਼ੂ ਆਫ ਪੰਜਾਬ ਇਜ਼ ਵਾਟਰ ਐਂਡ ਪੀਪਲ ਆਰ ਟਾਕਿੰਗ ਅਬਾਊਟ ਡਰੱਗਸ ਪੀਪਲ ਆਰ ਟਾਕਿੰਗ ਦੈਟ ਆਲਸੋ ਆਰ ਮੇਜਰ ਇਸ਼ੂਜ਼ ਬਟ ਐਂਡ ਆਫ ਦਾ ਡੇ ਵਟ ਆਈ ਸੀ ਰਾਈਟ ਨਾਓ ਜਿਹੜੀ ਮੇਰੀ ਅੱਖਾਂ ਖੁੱਲੀਆਂ ਹੈਗੀਆਂ ਮੈਨੂੰ ਲੱਗਦਾ ਕਿ ਮੇਰੇ ਦਰਸ਼ਕਾਂ ਦੀ ਵੀ ਖੁੱਲੀਆਂ ਹੋਣਗੀਆਂ ਦਾ ਮੇਨ ਇਸ਼ੂ ਆਫ ਪੰਜਾਬ ਰਾਈਟ ਨਾਓ ਇਜ਼ ਵਾਟਰ ਬਿਲਕੁਲ ਐਗਜੈਕਟਲੀ ਤੁਸੀਂ ਕਿਹਾ ਉਹਦਾ ਕਾਰਨ ਹੈ ਵੀਰ ਜੀ ਉਹਦਾ ਕਾਰਨ ਇਹ ਆ ਇਹ ਸਾਡੀ ਸਰਵਾਈਵਲ ਦਾ ਇਸ਼ੂ ਆ ਅਸੀਂ ਉਸ ਖਿੱਤੇ ਦੇ ਵਿੱਚ ਦਾ ਵੇ ਵੀ ਆਰ ਉੱਥੇ ਅਸੀਂ ਸਰਵਾਈਵ ਕਰਨਾ ਜਾਂ ਨਹੀਂ ਕਰਨਾ ਇਹ ਡਿਪੈਂਡ ਕਰੂਗਾ ਜਿਹੜੀਆਂ ਆਉਣ ਵਾਲੀਆਂ ਪੋਲਿਸੀਜ਼ ਕੀ ਆ ਕਿਉਂਕਿ ਦੂਸਰੇ ਜਿਹੜੇ ਵੀ ਇਸ਼ੂਸ ਨੇ ਉਹ ਆਪਦੇ ਆਪ 'ਚ ਬਹੁਤ ਇੰਪੋਰਟੈਂਟ ਨੇ ਪਰ ਸਪੈਲ ਉਹ ਕਿਊਰੇਬਲ ਨੇ ਉਹਨਾਂ 'ਤੇ ਤੁਸੀਂ ਕੰਮ ਕਰਕੇ ਉਹਨਾਂ ਨੂੰ ਤੁਸੀਂ ਰਿਵਰਸ ਕਰ ਸਕਦੇ ਹੋ ਇਹ ਜਿਹੜਾ ਡੈਮੇਜ ਆ ਇਹ ਇਰਰਿਵਰਸੀਬਲ ਡੈਮੇਜ ਆ ਜਦੋਂ ਅਸੀਂ ਉੱਥੋਂ ਉਸ ਧਰਤੀ ਸਾਡੀ ਬੰਜਰ ਹੋ ਗਈ ਸਾਨੂੰ ਉੱਥੋਂ ਮਾਈਗ੍ਰੇਟ ਕਰਨਾ ਪਿਆ ਤਾਂ ਜਿਹੜੀ ਸਾਡੀ ਸੈਟਲਮੈਂਟ ਆ ਅਸੀਂ ਉਹਨੂੰ ਦੇਖੀਏ ਵੀ ਜਦੋਂ ਪੰਜਾਬ ਦੀ ਉਹ ਪਾਪੂਲੇਸ਼ਨ ਪੰਜਾਬ ਤੋਂ ਉੱਠ ਕੇ ਜਾਊਗੀ ਜਿਹੜੀ ਕਿ ਐਵੀਡੈਂਟ ਆ ਕੋਈ ਇਹ ਮੇਬੀ ਵਾਲਾ ਕੁਐਸਚਨ ਨਹੀਂ ਰਿਹਾ
ਨਾਸਾ ਨੇ, ਐਮ ਆਈ ਟੀ, ਯੂ ਐਸ ਨੇ, ਸਾਰਿਆਂ ਨੇ ਰਿਪੋਰਟਾਂ ਆਲਰੇਡੀ ਪਬਲਿਸ਼ ਹੋ ਚੁੱਕੀਆਂ ਕਿ ਇਸ ਸੈਂਚਰੀ ਦੇ ਐਂਡ ਤੱਕ ਕੀ ਹੋ ਜਾਣਾ ਵਾ, ਦਾ ਵੇ ਜਿਸ ਹਿਸਾਬ ਨਾਲ ਇਹ ਸਾਰੀਆਂ ਚੀਜ਼ਾਂ ਪ੍ਰੋਗਰੈਸ ਕਰ ਰਹੀਆਂ। ਸੋ ਉਹ ਜਿਹੜੀ ਮਾਈਗ੍ਰੇਸ਼ਨ ਆ ਸਾਡੀ, ਸਾਡੇ ਲਈ ਉਹ ਮਜ਼ਬੂਰੀ ਬਣਨੀ ਹੈ, ਕਿਉਂਕਿ ਹੀਟ ਵੇਵ ਇੰਨੀ ਜ਼ਿਆਦਾ ਹੋ ਜਾਣੀ ਆ ਲੈਕ ਆਫ ਵਾਟਰ ਕਰਕੇ, ਇੱਕ ਤਰੀਕੇ ਨਾਲ ਉਹ ਡੈਜ਼ਰਟ ਦੇ ਵਿੱਚ ਕਨਵਰਟ ਹੋ ਜਾਣ, ਅਤੇ ਡੈਜ਼ਰਟ ਵੀ ਉਹ ਬੜਾ ਕੈਮੀਕਲ ਡੈਜ਼ਰਟ, ਕਿਉਂਕਿ ਸਾਨੂੰ ਪਤਾ ਵੀ ਜਿਹੜੇ ਕੈਮੀਕਲ ਦੀ ਉੱਥੇ ਯੂਜ਼ ਹੋਏ ਹੋਏ ਆ। ਸੋ ਇਸ ਕਰਕੇ ਜਿਹੜੀ ਸਰਵਾਈਵਲ ਆ ਸਾਡੀ ਸਾਰੇ ਪੰਜਾਬੀਆਂ ਦੀ, ਇਕੱਲੇ ਸਿੱਖਾਂ ਦੀ ਨਹੀਂ, ਉਹ ਸਟੇਕ 'ਤੇ ਆ। ਜੇ ਅਸੀਂ ਉੱਥੇ ਸਰਵਾਈਵ ਹੀ ਨਾ ਕਰੇ, ਬਾਕੀ ਜਿਹੜੇ ਇਸ਼ੂ ਆ ਉਹ ਉਹਦੇ ਸਾਹਮਣੇ ਛੋਟੇ ਰਹਿ ਜਾਂਦੇ ਆ। ਸੋ ਤੁਸੀਂ ਰਾਈਟਲੀ ਕਿਹਾ ਵਾ, ਇਹ ਸਾਡਾ ਜੇ ਸਾਰੇ ਇਸ਼ੂਆਂ ਦੀ ਬਹੁਤ ਵੱਡੀ ਜ਼ਰੂਰਤ ਆ ਉਹਨਾਂ 'ਤੇ ਕੰਮ ਕਰਨ ਦੀ, ਪਰ ਉਹਨੂੰ ਪ੍ਰਾਇਓਰਟਾਈਜ਼ ਕਰੀਏ ਤਾਂ ਇਹ ਟੌਪ 'ਤੇ ਆਉਂਦਾ ਹੈਗਾ ਜੀ। ਵੀ ਬਿਲਕੁਲ, ਇੱਥੇ ਸਰਕਾਰਾਂ ਦੀ ਵੀ ਕਿਤੇ ਨਾ ਕਿਤੇ ਕਮੀ ਰਹੀ ਹੈ। ਪਿਛਲੇ 15 ਸਾਲਾਂ ਤੋਂ, 20 ਸਾਲਾਂ ਤੋਂ ਅਸੀਂ ਹੋਰ ਜਿਹਨੂੰ ਭਾਰੂ ਮੈਂ ਕਹਾਂਗਾ ਮੁੱਦੇ ਜਿਹੜੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਆਏ, ਪਰ ਅੱਜ ਤੱਕ ਜਦ ਵੀ ਪਾਣੀਆਂ ਦਾ ਮੁੱਦਾ ਆਉਂਦਾ, ਭਾਵੇਂ ਉਹ ਕੈਪਟਨ ਸਰਕਾਰ ਰਹੀ ਹੈ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਸਰਕਾਰ ਰਹੀ ਹੈ, ਭਾਵੇਂ ਉਹ ਆਮ ਆਦਮੀ ਪਾਰਟੀ ਹੁਣ ਜਿਹੜੀ ਵਿਰੋਧੀ ਧਿਰ ਹੈ, ਮੈਨੂੰ ਲੱਗਦਾ ਕਿ ਦ ਮੇਨ ਇਸ਼ੂ ਰਾਈਟ ਨਾਓ ਇਨ ਪੰਜਾਬ ਇਜ਼ ਵਾਟਰ। ਉਹਨਾਂ ਦੇ ਉੱਤੇ ਵੀ ਗੱਲ ਉਹਨਾਂ ਨੂੰ ਕਰਨੀ ਚਾਹੀਦੀ ਹੈ, ਔਰ ਅੱਜ ਤੱਕ ਜਿਹੜੀ ਗੱਲ ਸਪਸ਼ਟੀਕਰਨ, ਭਾਵੇਂ ਕੋਈ ਵੀ ਸਰਕਾਰਾਂ ਪੰਜਾਬ ਦੇ ਵਿੱਚ ਆਈਆਂ, ਭਾਵੇਂ ਹੁਣ ਵਿਰੋਧੀ ਧਿਰ ਹੈਗੀ ਹੈ, ਹਾਕਮ ਸਰਕਾਰ ਹੈ, ਜਾਂ ਫਿਰ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ, ਕਿਸੇ ਨੇ ਇਹ ਗੱਲ ਨਹੀਂ ਮੰਨੀ ਕਿ ਹਾਂ ਅਸੀਂ ਪੰਜਾਬ ਦਾ ਪਾਣੀ ਹਰਿਆਣਾ ਨੂੰ, ਰਾਜਸਥਾਨ ਨੂੰ ਦਿੱਤਾ, ਔਰ ਉਹਦੀ ਭਰਪਾਈ ਜਿਹੜੀ ਹੈਗੀ ਹੈ ਹਰਿਆਣਾ ਨੂੰ ਕਰਨੀ ਪੈਣੀ ਹੈ, ਉਹਦੀ ਭਰਪਾਈ ਰਾਜਸਥਾਨ ਨੂੰ ਕਰਨੀ ਪੈਣੀ ਹੈ। ਅਸੀਂ ਪੰਜਾਬ ਦੇ ਵਿੱਚ ਟੌਕਸਿਕ ਵਾਟਰ ਦੇ ਰਹੇ ਹਾਂ, ਅਸੀਂ ਪੋਟੇਬਲ ਵਾਟਰ ਨਹੀਂ ਦੇ ਰਹੇ। ਸੁਖਦੀਪ ਸਿੰਘ ਜੀ, ਇਸ ਦੇ ਉੱਤੇ ਮੈਂ ਲਗਾਤਾਰ ਜਿਹੜੀ ਤੁਹਾਡੀ ਹੋਰ ਵੀ ਰਿਸਰਚ ਹੈਗੀ ਹੈ ਉਸ ਦੇ ਬਾਰੇ ਜਾਣਕਾਰੀ ਲਵਾਂਗਾ। ਫਿਲਹਾਲ ਇੱਕ ਬ੍ਰੇਕ ਲਈ ਰੁਕ ਰਹੇ, ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਰੱਖਾਂਗੇ ਇਸ ਮੁੱਦੇ ਨੂੰ ਇਸੇ ਤਰੀਕੇ ਨਾਲ ਜਾਰੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਅਤੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਗੱਲ ਹੋ ਰਹੀ ਹੈ। ਫਾਈਨਲ ਅਸੋਲਟ ਇਸ ਮੂਵੀ ਨੇ ਆਲ ਓਵਰ ਵਿਸ਼ਵ ਦੇ ਵਿੱਚ ਪੰਜਾਬ ਦੀ ਵੱਖ ਵੱਖ ਸਮੱਸਿਆਵਾਂ ਨੂੰ ਉਜਾਗਰ ਤਾਂ ਕੀਤਾ, ਲੇਕਿਨ ਸਭ ਤੋਂ ਅਹਿਮ ਅਗਰ ਮੈਂ ਕਹਾਂਗਾ ਇਸ ਟਾਈਮ ਮੁੱਦਾ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਪੰਜਾਬ ਦੇ ਵੱਖ ਵੱਖ ਮਸਲਿਆਂ ਦੇ ਵਿੱਚ ਇਸ ਟਾਈਮ ਭਾਰੀ ਹੋ ਰਿਹਾ ਔਰ ਇਸ ਟਾਈਮ ਹਾਵੀ ਹੈਗਾ, ਤਾਂ ਉਹ ਹੈਗਾ ਜੀ ਪਾਣੀਆਂ ਦਾ ਮੁੱਦਾ। ਇਸ ਨੂੰ ਲੈ ਕੇ 1947 ਤੋਂ ਲੈ ਕੇ ਹੁਣ ਤੱਕ ਲਗਾਤਾਰ ਡਿਬੇਟ ਹੋ ਰਹੀ ਹੈ, ਪਰ ਗੱਲ ਕੁਝ ਹੋਰ ਸੀਗੀ ਔਰ ਦੱਸੀ ਕੁਝ ਹੋਰ ਜਾ ਰਹੀ ਸੀਗੀ, ਜਿਹਦਾ ਪੂਰਾ ਵੇਰਵਾ ਸੁਖਦੀਪ ਸਿੰਘ ਹੋਰਾਂ ਨੇ, ਜੋ ਕਿ ਫਾਈਨਲ ਅਸੋਲਟ ਮੂਵੀ ਦੇ ਡਾਇਰੈਕਟਰ ਅਤੇ ਰਾਈਟਰ ਨੇ, ਉਹਨਾਂ ਨੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਦਿੱਤਾ। ਇਹ ਜਿਹੜੀ ਡਾਕੂਮੈਂਟਰੀ ਹੈਗੀ ਹੈ ਯੂਟਿਊਬ ਦੇ ਉੱਤੇ ਵੀ ਬਕਾਇਦਾ ਅਵੇਲੇਬਲ ਹੈਗੀ ਹੈ, ਜੇਕਰ ਤੁਸੀਂ ਹਜੇ ਤੱਕ ਨਹੀਂ ਵੇਖੀ ਤਾਂ ਮੈਂ ਜ਼ਰੂਰ ਇੱਥੇ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ ਦੇ ਨਾਲ, ਆਪਣੇ ਨਿਆਣਿਆਂ ਦੇ ਨਾਲ, ਆਪਣੇ ਹੋਰ ਫੈਮਿਲੀ ਮੈਂਬਰਸ ਨਾਲ ਬੈਠ ਕੇ ਇਸ ਮੂਵੀ ਨੂੰ ਜ਼ਰੂਰ ਤੁਸੀਂ ਵੇਖਿਓ, ਔਰ ਤੁਹਾਨੂੰ ਪਤਾ ਚੱਲੇਗਾ ਕਿ ਪੰਜਾਬ ਦਾ ਜਿਹੜਾ ਅਸਲੀ ਮੁੱਦਾ ਪਾਣੀਆਂ ਦਾ ਹੈਗਾ ਉਹ ਕਿਸ ਤਰੀਕੇ ਨਾਲ ਇਸ ਮੁੱਦੇ ਨੂੰ ਚੱਕਿਆ ਨਹੀਂ ਗਿਆ। ਸਮੇਂ ਸਿਰ ਰਹਿੰਦੀਆਂ ਸਰਕਾਰਾਂ ਆਈਆਂ, ਲੇਕਿਨ ਹਰ ਕੋਈ ਹੋਰ ਵੱਖ ਵੱਖ ਮੁੱਦਿਆਂ ਦੇ ਉੱਤੇ ਬੋਲਦਾ ਹੋਇਆ ਨਜ਼ਰ ਆਇਆ, ਲੇਕਿਨ ਇਸ ਮੁੱਦੇ ਦੇ ਬਾਰੇ ਕਿਸੇ ਨੇ ਵੀ ਗੱਲ ਨਹੀਂ ਕੀਤੀ। ਪੰਜਾਬ ਦਾ ਪਾਣੀ ਆਲਰੇਡੀ ਹੀ ਸਾਡੇ ਤੋਂ ਲੁੱਟਿਆ ਜਾ ਚੁੱਕਿਆ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ, ਭਾਵੇਂ ਐਸ ਵਾਈ ਐਲ ਦਾ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਫੈਸਲਾ ਆਵੇ, ਲੇਕਿਨ ਪਾਣੀ ਸਾਡੇ ਹੱਥੋਂ ਜਾ ਚੁੱਕਿਆ। ਔਰ ਮੈਂ ਇਹ ਗੱਲ ਵੀ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਐਸ ਵਾਈ ਐਲ ਨੂੰ ਲੈ ਕੇ ਵੀ ਜਿਹੜੀ ਹੈਗੀ ਹੈ ਲੰਬੇ ਸਮੇਂ ਤੋਂ ਸਿਆਸਤ ਹੋਈ, ਸਰਕਾਰਾਂ ਨੇ ਬਹੁਤ ਵੱਡੀਆਂ ਗੇਮਾਂ ਖੇਡੀਆਂ, ਲੋਕਾਂ ਨੂੰ ਦੂਜੀ ਦਿਸ਼ਾ ਦੇ ਵੱਲ ਗੁੰਮਰਾਹ ਕੀਤਾ, ਪਰ ਕਿਸੇ ਨੇ ਇਹ ਨਹੀਂ ਦੱਸਿਆ ਕਿ ਪਾਣੀ ਤੁਹਾਡਾ ਦੇ ਪੰਜਾਬ ਦਾ ਆਲਰੇਡੀ ਤੁਹਾਡੇ ਤੋਂ ਲੁੱਟ ਚੁੱਕਿਆ, ਤੁਹਾਡੇ ਤੋਂ ਜਾ ਚੁੱਕਿਆ, ਜਿਸ ਕਰਕੇ ਅੱਜ ਪੂਰਾ ਪੰਜਾਬ ਜਿਹੜਾ ਹੈਗਾ ਉਹ ਕੈਂਸਰ ਦੇ ਜਿਹੜੇ ਮਰੀਜ਼ ਨੇ, ਲਗਾਤਾਰ ਪੰਜਾਬ ਦੇ ਵਿੱਚ ਕੇਸਿਸ ਸਾਹਮਣੇ ਆ ਰਹੇ ਹਨ। ਔਰ ਜ਼ਮੀਨ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸੁਖਦੀਪ ਸਿੰਘ ਹੋਰਾਂ ਨੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਕਿਹਾ ਕਿ ਬੰਜਰ ਹੋ ਜਾਵੇਗੀ, ਇੱਕ ਰੇਗਿਸਤਾਨ ਬਣ ਜਾਣਾ, ਔਰ ਜਿਵੇਂ 400 ਤੋਂ ਲੈ ਕੇ 500 ਦੇ ਹੇਠਲੇ ਸਥਾਨ 'ਤੇ ਫੀਟ 'ਤੇ ਜਿਹੜਾ ਹੈਗਾ ਪਾਣੀ ਇਸ ਟਾਈਮ ਜਾ ਚੁੱਕਿਆ, ਅਤੇ ਪਾਣੀ ਰਹਿਣਾ ਹੀ ਨਹੀਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਈਗ੍ਰੇਸ਼ਨ ਜਿਹੜੀ ਹੈ ਉਹੀ ਸਾਨੂੰ ਵੇਖਣ ਨੂੰ ਮਿਲੇਗੀ, ਭਾਵੇਂ ਅਸੀਂ ਜਿਹੜੀ ਮਰਜ਼ੀ ਗੱਲਾਂ ਕਰ ਲਈਏ। ਸੁਖਦੀਪ ਸਿੰਘ ਜੀ, ਓਵਰ ਟੂ ਯੂ। ਮੈਂ ਤੁਹਾਨੂੰ ਜਾਣਨਾ ਚਾਹਾਂਗਾ ਤੁਹਾਡੇ ਤੋਂ ਜਿਹੜੀ ਰਿਸਰਚ ਤੁਸੀਂ ਕੀਤੀ, ਤੁਸੀਂ ਵੱਖ ਵੱਖ ਇੰਟਲੈਕਚੁਅਲਸ ਵੀ ਲੈ ਕੇ ਆਏ, ਉਹਨਾਂ ਨੇ ਵੀ ਇਹ ਗੱਲ ਦੱਸੀ, ਅੱਜ ਸਰਕਾਰਾਂ ਲਈ ਕਿੰਨਾ ਇੰਪੋਰਟੈਂਟ ਹੈ ਇਹ ਲੋਕਾਂ ਨੂੰ ਦੱਸਣਾ, ਉੱਥੇ ਕੁਝ ਹੋਰ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ, ਇਸ ਬਾਰੇ ਤਾਂ ਗੱਲ ਹੀ ਨਹੀਂ ਹੋ ਰਹੀ। ਔਰ ਮੈਂ ਤਾਂ ਇਹ ਕਹਾਂਗਾ ਕਿ ਹੋਰ 15 ਸਾਲਾਂ ਦੇ ਵਿੱਚ ਆਪਾਂ ਹੋਰ ਵੇਟ ਨਾ ਕਰੀਏ, ਆਉਣ ਵਾਲੇ 10-15 ਸਾਲਾਂ ਦੇ ਵਿੱਚ ਹੀ ਪੰਜਾਬ ਜਿਹੜਾ ਹੈਗਾ ਇੱਕ ਰੇਗਿਸਤਾਨ ਦੇ ਨਾਂ ਤੋਂ ਵੀ ਪਛਾਣਿਆ ਜਾ ਸਕਦਾ, ਉਹ ਪੰਜਾਬ ਨਹੀਂ ਰਹਿਣਾ। ਵੀਰ ਜੀ, ਹਾਂਜੀ, ਸਰਕਾਰਾਂ ਤੋਂ ਉਮੀਦ ਰੱਖਣੀ ਮੈਨੂੰ ਲੱਗਦਾ
ਸ਼ਾਇਦ ਸਾਨੂੰ ਅੱਖਾਂ ਖੋਲਣੀਆਂ ਚਾਹੀਦੀਆਂ, ਕਿਉਂਕਿ ਸਰਕਾਰਾਂ ਹੀ ਤਾਂ ਕ੍ਰੀਏਟਰ ਨੇ ਇਸ ਚੀਜ਼ ਦੀਆਂ। ਇਹ ਕੋਈ ਨੈਚੁਰਲ ਫਨੋਮਨਾ ਨਹੀਂ ਹੈ ਜਾਂ ਕੋਈ ਇਹ ਪੰਜਾਬੀਆਂ ਦੀ ਗਲਤੀ, ਜਿਸ ਤਰੀਕੇ ਨਾਲ ਉਹਨੂੰ ਕਈ ਵਾਰ ਪੋਰਟਰੇ ਕੀਤਾ ਜਾਂਦਾ। ਅਸਲ ਵਿੱਚ ਇਸ ਸਾਰੀ ਸਮੱਸਿਆ ਦੀ ਜੜ, ਇਹ ਸਾਰੀ ਸਮੱਸਿਆ ਨੂੰ ਕ੍ਰੀਏਟ ਕਰਨ ਵਾਲੀ ਹੀ ਪੋਲਿਸੀ ਆ, ਖਾਸ ਕਰਕੇ ਸੈਂਟਰ ਗਵਰਨਮੈਂਟ ਦੀ ਪੋਲਿਸੀ, ਜਿਹਦੇ ਕਰਕੇ ਇਹ ਹੋਇਆ। ਜਿਵੇਂ ਤੁਸੀਂ ਰਾਈਟਲੀ ਕਿਹਾ ਅਤੇ ਡਾਕੂਮੈਂਟਰੀ ਦੇ ਵਿੱਚ ਵੀ ਹੈ, ਇਹ ਜਿੰਨਾ ਜਦੋਂ ਐਸ ਵਾਈ ਐਲ ਤਾਂ ਬਹੁਤ ਦੂਰ ਦੀ ਗੱਲ ਹੈ, ਜਦੋਂ ਸਭ ਤੋਂ ਪਹਿਲਾਂ ਜਿਹੜੀ ਕਿ ਹਰੀ ਕੇ ਪੱਤਣ ਤੋਂ ਜਿਹੜੀਆਂ ਰਾਜਸਥਾਨ ਫੀਡਰ ਜਦੋਂ ਕੱਢਣ ਦੀ ਗੱਲ ਹੋਈ, ਉਹਦੀ ਜਿਹੜੀ ਟੋਟਲ ਸਟੱਡੀ ਇਹ ਦੱਸਦੀ ਸੀਗੀ ਵੀ ਇਹ ਜਿਹੜਾ ਪ੍ਰੋਜੈਕਟ ਆ ਇਹ ਬਿਲਕੁਲ ਇੱਕ ਮੂਰਖਤਾ ਭਰਿਆ ਪ੍ਰੋਜੈਕਟ ਹੋਊਗਾ, ਕਿਉਂਕਿ ਇਹਦੇ ਨਾਲ ਨਾ ਤਾਂ ਰਾਜਸਥਾਨ ਦਾ ਫਾਇਦਾ ਹੋਣਾ, ਐਕਚੁਅਲੀ ਜਿਹੜੀ ਇੱਕ ਪ੍ਰੋਡਕਟਿਵ ਲੈਂਡ ਆ ਜਿੱਥੇ ਅਨਾਜ ਹੋਣਾ ਉਹਦੀ ਵੀ ਬਰਬਾਦੀ ਹੋਊਗੀ। ਪਰ ਅਸਲ ਦੇ ਵਿੱਚ ਵੀਰ ਜੀ, ਸਭ ਤੋਂ ਇੰਪੋਰਟੈਂਟ ਚੀਜ਼ ਇਹਦੇ ਵਿੱਚ ਇਸ ਇਸ਼ੂ ਦੇ ਵਿੱਚ ਸਮਝਣ ਵਾਲੀ ਇਹ ਗੱਲ ਆ, ਇਹ ਕੋਈ ਅਣਜਾਣੇ ਵਿੱਚ ਹੋਈਆਂ ਚੀਜ਼ਾਂ ਨਹੀਂ ਹੈਗੀਆਂ, ਇਹ ਇੱਕ ਬਹੁਤ ਗਿਣਿਆ ਮਿਥਿਆ ਕੈਲਕੂਲੇਟਡ ਜਿਹੜਾ ਐਕਸ਼ਨ ਆ, ਜਿਹਦੀ ਇੱਕੋ ਇੱਕ ਮਨਸ਼ਾ ਹੈਗੀ ਆ ਵੀ ਉਸ ਖਿੱਤਾ ਜਿਹੜਾ ਹਮੇਸ਼ਾ ਚਾਹੇ ਉਹ ਬ੍ਰਿਟਿਸ਼ ਸਾਮਰਾਜ ਰਿਹਾ ਹੋਵੇ, ਈਵਨ ਆਪਾਂ ਜੇ ਕਹਿ ਲਈਏ ਸਿਕੰਦਰ ਨੂੰ ਵੀ ਕਿਹਨੇ ਰੋਕਿਆ ਕਿ ਪੰਜਾਬੀਆਂ ਨੇ ਆ ਕੇ ਬਿਆਸ ਦੇ ਉੱਤੇ ਆ ਕੇ ਰੁਕਿਆ। ਇਹ ਖਿੱਤੇ ਦੇ ਜਿਹੜੇ ਲੋਕ ਆ ਹਮੇਸ਼ਾ ਹੀ ਇਹ ਇੱਕ ਸੋਵਰਨ ਤਰੀਕੇ ਦੇ ਨਾਲ ਜਾਏ ਆ, ਇਹਨਾਂ ਨੇ ਕਿਸੇ ਕਿਸਮ ਦੀ ਜਿਹੜੇ ਅਨਿਆਏ ਨੂੰ ਬਰਦਾਸ਼ਤ ਨਹੀਂ ਕੀਤਾ। ਇਹ ਜਿਹੜਾ ਸੋ ਕਾਲਡ ਮਾਡਰਨ ਇੰਡੀਆ ਦਾ ਮਾਡਲ ਸੀ ਇਹਦੇ ਵਿੱਚ ਇਹ ਖੜਕਦੇ ਸੀਗੇ, ਜਿਹਦੇ ਕਰਕੇ ਇਹ ਸਾਰੇ ਜੇ ਇਹਦੀ ਰੀਅਲੀ ਆਪਾਂ ਇਹਦੇ ਪਿੱਛੇ ਜਿਹੜੀ ਇੰਟੈਂਸ਼ਨ ਨੂੰ ਦੇਖਣਾ ਚਾਹੁੰਦੇ ਹਾਂ। ਸੋ ਇਹ ਇੱਕ ਬਹੁਤ ਕੈਲਕੂਲੇਟਡ ਤਰੀਕੇ ਦੇ ਨਾਲ ਪੰਜਾਬ ਨੂੰ, ਪੰਜਾਬ ਦੀ ਆਰਥਿਕਤਾ ਨੂੰ, ਪੰਜਾਬੀਆਂ ਨੂੰ, ਪੰਜਾਬੀ ਕਲਚਰ ਨੂੰ, ਸਾਰੇ ਚੀਜ਼ ਨੂੰ ਤਬਾਹ ਕਰਨ ਦੀ ਇੱਕ ਯੋਜਨਾ ਦਾ ਹਿੱਸਾ ਵਾ। ਇਸ ਵੇਲੇ ਐਸ ਵਾਈ ਐਲ ਕੋਈ ਬਹੁਤ ਵੱਡਾ ਇਸ਼ੂ ਨਹੀਂ, ਕਿਉਂਕਿ ਜਿਹੜਾ ਪ੍ਰਪੋਜ਼ਡ ਪਾਣੀ ਐਸ ਵਾਈ ਐਲ 'ਚ ਜਾਣਾ ਸੀ ਉਹ ਆਲਰੇਡੀ ਜਾ ਰਿਹਾ ਹੈਗਾ। ਇਸ ਵੇਲੇ ਮੁੱਦਾ ਵਾ ਸਰਸਵਤੀ, ਕਿਉਂਕਿ ਇਹ ਜਿਹੜਾ ਸਰਸਵਤੀ ਦਾ ਪ੍ਰੋਜੈਕਟ ਆ ਬੇਸਿਕਲੀ ਇਹਨੇ ਸਾਰੀ ਚੀਜ਼ ਨੂੰ ਬੇਸਿਕਲੀ ਕੀ ਕਰਨਾ, ਇੱਕ ਵੱਡਾ ਬੰਨ ਲਾਉਣਾ। ਇਨ ਦਾ ਸੈਂਸ ਉਹਨਾਂ ਨੇ ਆਲਰੇਡੀ ਡਿਜ਼ਾਈਨ ਕਰ ਲਿਆ ਵੀ ਜਿਹੜਾ ਇਹ ਸਾਰਾ ਰੌਲਾ ਪਾਉਂਦੇ ਆ ਪੰਜਾਬ ਵਾਲੇ ਪਾਉਂਦੇ ਆ, ਸਵਾਈ ਵੱਲ ਨਹੀਂ ਨਿਕਲਣ ਦੇਣੀ, ਅਸੀਂ ਹੋਰ ਪਾਣੀ ਨਹੀਂ ਕਰਨ ਦੇਣਾ। ਕੱਲ੍ਹ ਨੂੰ ਕੋਈ ਹੋਰ ਪ੍ਰੈਸ਼ਰ ਗਰੁੱਪ ਵੀ ਕ੍ਰੀਏਟ ਹੋ ਜਾਂਦਾ ਵੀ ਜੀ ਸਾਡਾ ਪਾਣੀ ਅਸੀਂ ਜਾਣੋ ਰੋਕਣਾ ਵਾ, ਇਸ ਪਾਣੀ ਨੂੰ ਪਿੱਛੋਂ ਹੀ ਡਾਇਵਰਟ ਕਰ ਲਿਆ ਜਾਵੇ, ਜਿਹੜਾ ਸਤਲੁਜ ਦੇ ਪਾਣੀ ਨੂੰ ਹਿਮਾਚਲ ਦੇ ਵਿੱਚੋਂ ਡਾਇਵਰਟ ਕਰ ਲਿਆ ਜਾਵੇ, ਇਸ ਇਹ ਪ੍ਰੋਜੈਕਟ ਸਾਡੀ ਬੇਸਿਕਲੀ ਸਾਰਾ ਅੱਗ ਨੂੰ ਕੱਟ ਦੂਗਾ। ਸੋ ਇਹ ਆਪਦੇ ਆਪ ਵਿੱਚ ਇੱਕ ਬੜਾ ਅਨਕੰਸਟੀਟਿਊਸ਼ਨਲ ਐਕਸ਼ਨ ਹੋਊਗਾ, ਪਰ ਉਹ ਮੁੱਦਾ ਜਿਹਦੀ ਅੱਜ ਕੋਈ ਗੱਲ ਨਹੀਂ ਕਰ ਰਿਹਾ ਉਹ ਸਾਡੇ ਫਿਊਚਰ ਦਾ ਜਿਹੜਾ ਉਹ ਐਸ ਵਾਈ ਐਲ ਨਹੀਂ ਸਰਸਵਤੀ ਹੈਗਾ। ਸੁਖਦੀਪ ਸਿੰਘ ਜੀ, ਫਿਰ ਇੰਟਰਨੈਸ਼ਨਲ ਰਿਪੇਰੀਅਨ ਐਕਟ ਜਿਹੜਾ ਹੈਗਾ ਉਹ ਕਿੰਨਾ ਕੁ ਮਦਦਗਾਰ ਸਾਬਿਤ ਹੋਵੇਗਾ ਜੇਕਰ ਅਜਿਹਾ ਕੀਤਾ ਜਾਂਦਾ? ਕਿਉਂਕਿ ਇੰਟਰਨੈਸ਼ਨਲ ਰਿਪੇਅਰ ਐਕਟ ਤਾਂ ਉਹੀ ਕਹਿੰਦਾ ਨਾ ਕਿ ਜਿੱਥੋਂ ਦੀ ਵਾਟਰ ਫਲੋ, ਜਿੱਥੋਂ ਦੀ ਵੀ ਪਾਣੀ ਆ ਰਿਹਾ ਔਰ ਜਿਸ ਦਿਸ਼ਾ ਦੇ ਵੱਲ ਤੁਰ ਰਿਹਾ ਹੈਗਾ ਪਾਣੀ, ਔਰ ਜਿੱਥੇ ਉਹਦਾ ਵਾਟਰ ਦਾ ਫਲੋ ਹੈਗਾ ਉਹ ਉਸ ਲੈਂਡ ਨੂੰ ਬਕਾਇਦਾ ਜਿਹੜਾ ਹੈਗਾ ਉਸ ਪਾਣੀ ਦਾ ਹੱਕ ਹੁੰਦਾ। ਸੋ ਕੀ ਇਹ ਇੰਟਰਨੈਸ਼ਨਲ ਜੀ? ਹਾਂਜੀ, ਇੰਟਰਨੈਸ਼ਨਲ ਰਿਪੇਰੀਅਨ ਲਾ ਤਾਂ ਕਹਿੰਦਾ ਹੀ ਕਹਿੰਦਾ, ਈਵਨ ਹਿੰਦੁਸਤਾਨ ਦਾ ਆਪਦਾ ਸੰਵਿਧਾਨ ਇਹ ਕਹਿੰਦਾ। ਸੋ ਗੱਲ ਇਹ ਨਹੀਂ ਹੈਗੀ ਵੀ ਇੰਟਰਨੈਸ਼ਨਲ ਲਾ ਦੇ ਅਕੋਰਡਿੰਗ ਨਹੀਂ ਹੈਗਾ, ਇਹ ਤਾਂ ਇੰਡੀਅਨ ਕਨਸਟੀਟਿਊਸ਼ਨ ਦੇ ਅਕੋਰਡਿੰਗ ਵੀ ਨਹੀਂ ਹੈਗਾ। ਆਪਾਂ ਇਹ ਕਹਿ ਸਕਦੇ ਹਾਂ ਕਿ ਜੇਕਰ ਸਤਲੁਜ ਦਾ ਪਾਣੀ ਹਿਮਾਚਲ ਤੋਂ ਹੀ ਡਾਇਵਰਟ ਕਰ ਲਿੱਤਾ ਜਾਂਦਾ ਤਾਂ ਫਿਰ ਇਹ ਧੱਕੇਸ਼ਾਹੀ ਹੈਗੀ ਹੈ ਔਰ ਬਕਾਇਦਾ ਬਿਲਕੁਲ ਅਨਕਨਸਟੀਟਿਊਸ਼ਨਲ ਆ। ਇਹ ਅਨਕਨਸਟੀਟਿਊਸ਼ਨਲ ਆ, ਇਹ ਜਦੋਂ ਸਾਰੀ ਦੁਨੀਆ ਦੇ ਵਿੱਚ ਪਾਣੀ ਦੇ ਇਸ਼ੂ, ਇਹ ਐਕਚੁਅਲੀ ਰਿਪੇਰੀਅਨ ਲਾ ਬ੍ਰਿਟਿਸ਼ ਲਾ ਤੋਂ ਡਰਾਈਵ ਕੀਤਾ ਹੋਇਆ ਵਾ, ਉਹਦੇ ਵਿੱਚ ਤੁਸੀਂ ਕਿਸੇ ਵੀ ਨੈਚੁਰਲ ਜਿਹੜਾ ਫਲੋ ਆ ਪਾਣੀ ਦਾ ਉਹਨੂੰ ਕਿਸੇ ਗੈਰ ਕੁਦਰਤੀ ਤਰੀਕੇ ਨਾਲ ਮੋੜ ਕੇ ਕਿਸੇ ਹੋਰ ਸਟੇਟ ਨੂੰ ਨਹੀਂ ਦੇ ਸਕਦੇ। ਤੁਸੀਂ ਆਪਦੀਆਂ ਜਿਹੜਾ ਵੀ ਉਹਦਾ ਰਿਪੇਰੀਅਨ ਸਟੇਟ ਆ ਹਿਮਾਚਲ ਆਪਦੀਆਂ ਜ਼ਰੂਰਤਾਂ ਲਈ ਵਰਤ ਸਕਦਾ, ਉਹਦਾ ਰਾਈਟ ਆ, ਪਰ ਹਿਮਾਚਲ ਉਸ ਪਾਣੀ ਨੂੰ ਰੋਕ ਕੇ ਡਾਇਵਰਟ ਕਰਕੇ ਦੇ ਦੇ, ਇਹ ਅਨਕਨਸਟੀਟਿਊਸ਼ਨਲ ਆ। ਸੁਖਦੀਪ ਸਿੰਘ ਜੀ, ਤੁਸੀਂ ਰਿਸਰਚ ਕੀਤੀ, ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਨਾਲ ਹੀ ਕਿਉਂ ਅਜੇ ਧੱਕਾ ਹੋਇਆ ਔਰ ਕਿਉਂ ਸਰਕਾਰਾਂ ਨੂੰ ਅਜਿਹਾ ਕਰਨਾ ਪਿਆ? ਪੰਜਾਬ ਦੇ ਨਾਲ ਦੇਖੋ ਜੀ, ਧੱਕੇ ਦਾ ਕਾਰਨ ਪੰਜਾਬ ਤੇ ਪੰਜਾਬੀਅਤ ਦੀ ਜਿਹੜੀ ਇੱਕ ਸੋਚ ਆ, ਜਿਹਨੇ ਕਦੇ ਵੀ ਇੱਕ ਜਿਹੜੀ ਆਪਾਂ ਕਹਿ ਸਕਦੇ ਇੱਕ ਸਟੇਟ ਬਿਲਕੁਲ
ਮਨੁੱਖੀ ਹੱਕਾਂ ਦਾ ਘਾਣ ਕਰਕੇ ਮੋਨੋਪੋਲੀ ਦੇ ਉੱਤੇ ਕੰਮ ਕਰਦੀ ਆ, ਜਿਹੜੀ ਜਿਹਦੇ ਵਿੱਚ ਇਕੁਆਲਿਟੀ ਨਾਂ ਦੀ ਚੀਜ਼ ਹੈ ਨੀ, ਉਸ ਸਟੇਟ ਨੂੰ ਕਦੇ ਵੀ ਚਰਿਆ ਨੀ। ਬ੍ਰਿਟਿਸ਼ ਹਕੂਮਤ ਦੀ ਐਗਜ਼ਾਮਪਲ ਦੇਖ ਲਈਏ, ਉਹਦੇ ਵਿੱਚ ਵੱਧ ਚੜ੍ਹ ਕੇ ਕਿਹੜੇ ਬੰਦਿਆਂ ਨੇ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ, ਅਬਦਾਲੀ ਹੁਣਾਂ ਨੂੰ ਰੋਕਣ ਵੇਲੇ ਕੌਣ ਮੂਹਰੇ ਆਏ, ਪੰਜਾਬੀ ਖਾਸ ਕਰਕੇ ਸਿੱਖ। ਸੋ ਪੰਜਾਬ ਦੀ ਧਰਤੀ ਦਾ ਇੱਕ ਇੱਕ ਕਲਚਰ ਆ, ਪੰਜਾਬ ਦੀ ਧਰਤੀ ਦੀ ਇੱਕ ਆਈਡੀਆਲੋਜੀ ਆ। ਉਹਨਾਂ ਨੇ ਜ਼ਾਰਮ ਤੇ ਜਾਬਰ ਦੇ ਵਿਰੁੱਧ ਸਟੈਂਡ ਲਿਆ। ਐਮਰਜੈਂਸੀ ਦੇ ਵਿੱਚ ਕੌਣ ਮੂਹਰੇ ਹੋਏ, ਇਸ ਵੇਲੇ ਜਦੋਂ ਹਿੰਦੁਸਤਾਨ ਦੇ ਉੱਤੇ ਇੱਕ ਪਾਰਟੀ ਪੂਰੇ ਜ਼ੋਰ ਸ਼ੋਰ ਨਾਲ ਆਪਦਾ ਝੰਡੇ ਚੱਕ ਰਹੀ ਸੀ ਤੇ ਹਰ ਪਾਸੇ ਉਹ ਜਿੱਤ ਰਹੀ ਸੀ, ਤੇ ਪੰਜਾਬ ਤੇ ਪੰਜਾਬੀਆਂ ਨੇ ਉਹਨੂੰ ਦੱਸਿਆ ਵੀ ਨਹੀਂ, ਅਸੀਂ ਉਹ ਨਹੀਂ ਹੈਗੇ। ਸੋ ਪੰਜਾਬ ਦਾ ਜਿਹੜਾ ਇੱਕ ਕਲਚਰ, ਪੰਜਾਬ ਦੀ ਜਿਹੜੀ ਇੱਕ ਸੋਚ, ਜਿੱਥੇ ਗੁਰੂ ਪਾਤਸ਼ਾਹ ਦੀ ਇੱਕ ਖੇਤੀ ਕੀਤੀ ਹੋਈ ਆ, ਉਹ ਸੋਚ ਰੜਕਦੀ ਆ ਉਸ ਸਟੇਟ ਨੂੰ, ਜਿਹਨੇ ਇੱਕ ਕਾਰਪੋਰੇਟਸ ਦੇ ਨਾਲ ਮਿਲ ਕੇ ਇੱਕ ਧੱਕੇਸ਼ਾਹੀ ਨਾਲ ਇੱਕ ਅਨਇਕੁਐਲਿਟੀ ਦਾ ਜਿਹੜਾ ਸਿਸਟਮ ਆ, ਇੱਕ ਮਨੂਵਾਦੀ ਸਿਸਟਮ ਆ ਜਿਹੜਾ ਉਹ ਇਸਟੈਬਲਿਸ਼ ਕਰਨਾ ਨਵੇਂ ਰੂਪ 'ਚ। ਸੋ ਇਸ ਕਰਕੇ ਪੰਜਾਬ ਨੂੰ ਨੱਥ ਪਾਉਣ ਲਈ, ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰਨਾ, ਪੰਜਾਬੀਆਂ ਨੂੰ ਇੱਕ ਤਰੀਕੇ ਨਾਲ ਘਸਿਆਰੇ ਵਿੱਚ ਬਣਾ ਕੇ ਰੱਖਣਾ ਤਾਂ ਕਿ ਆਪਦੀ ਰੋਟੀ ਟੁੱਕ ਤੇ ਇਹਨਾਂ ਚੀਜ਼ਾਂ ਦੇ ਵਿੱਚ ਹੀ ਫਸੇ ਰਹਿਣ, ਇਹ ਕਿਸੇ ਕਿਸਮ ਦੀ ਐਜੀਟੇਸ਼ਨ, ਕਿਸੇ ਕਿਸਮ ਦਾ ਕੋਈ ਸਟੇਟ ਜਿਹੜੀ ਕਿ ਧੱਕੇਸ਼ਾਹੀ ਕਰੇ ਉਹਦੇ ਖਿਲਾਫ ਨਾ ਖੜ ਸਕਣ। ਸੋ ਇਹ ਕੰਟਰੋਲ ਦਾ ਇੱਕ ਸਿਸਟਮ ਆ, ਪੰਜਾਬ ਨੂੰ ਤੇ ਪੰਜਾਬੀ ਸੋਚ ਨੂੰ ਤੇ ਸਿੱਖ ਸੋਚ ਨੂੰ ਕੰਟਰੋਲ ਕਰਨ ਦੇ ਲਈ ਉਹਨਾਂ ਨੂੰ ਬੌਣੇ ਬਣਾ ਕੇ ਰੱਖਣਾ, ਉਹਨਾਂ ਨੂੰ ਘਸਿਆਰੇ ਬਣਾ ਕੇ ਰੱਖਣਾ, ਇਹਦੇ ਪਿੱਛੇ ਵੱਡੀ ਮਨਸ਼ਾ। ਆਪਾਂ ਨੂੰ ਸਾਰਿਆਂ ਨੂੰ ਪਤਾ, ਜਦੋਂ ਪਹਿਲਾਂ ਰਾਜਸਥਾਨ ਫੀਡਰ ਨਿਕਲੀ ਆ, ਉਹਦਾ ਪਾਣੀ ਯੂਟੀਲਾਈਜ਼ ਵੀ ਨਹੀਂ ਸੀ ਹੁੰਦਾ, ਉਹ 20 ਸਾਲ ਟਿੱਪਿਆਂ ਦੇ ਵਿੱਚ ਪਿਆ ਜਾ ਕੇ, ਠੀਕ ਹੈ ਨਾ। ਉਹ ਇਹ ਰਾਜਸਥਾਨ ਨੂੰ ਫਾਇਦਾ ਦੇਣ ਵਾਲਾ ਚੱਕਰ ਨਹੀਂ, ਇਹ ਪੰਜਾਬ ਦਾ ਨੁਕਸਾਨ ਕਰਨ ਵਾਲੀ ਸੋਚ ਆ। ਸੋ ਇਸ ਕਰਕੇ ਇਹਦੇ ਪਿੱਛੇ ਜਿਹੜੀ ਮਨਸ਼ਾ ਵਾ ਉਹ ਪੋਲੀਟੀਕਲ ਆ, ਇਹ ਕੋਈ ਗਲਤੀ ਨਹੀਂ ਹੋਈ, ਇਹ ਜਾਣ ਬੁੱਝ ਕੇ ਕੀਤੀ ਚੀਜ਼ ਆ, ਤੇ ਇਹਦੇ ਲਈ ਹੱਲ ਵੀ ਲੋਕਾਂ ਨੂੰ ਅਵੇਅਰ ਹੋ ਕੇ ਅਕਰੋਸ ਦਾ ਪਾਰਟੀ, ਚਾਹੇ ਕੋਈ ਕਾਂਗਰਸ ਨੂੰ ਲਾਈਕ ਕਰਦਾ, ਚਾਹੇ ਕੋਈ ਆਪ ਨੂੰ ਲਾਈਕ ਕਰਦਾ, ਚਾਹੇ ਕੋਈ ਅਕਾਲੀਆਂ ਦਾ ਨੁਮਾਇੰਦਾ, ਉਹਨਾਂ ਨੂੰ ਆਪਦੇ ਪਾਰਟੀ ਲੀਡਰ, ਪਾਰਟੀ ਸੁਪਰੀਮੋ ਨੂੰ ਸਪਸ਼ਟ ਰੂਪ ਵਿੱਚ ਪੁੱਛਣਾ ਪਊਗਾ ਵੀ ਤੁਹਾਡਾ ਸਟੈਂਡ ਕੀ ਆ ਪੰਜਾਬ ਦੇ ਲਈ। ਸੁਖਦੀਪ ਸਿੰਘ ਜੀ, ਨਾਟ ਐਜ਼ ਅ ਜਰਨਲਿਸਟ, ਨਾਟ ਐਜ਼ ਅ ਜਰਨਲਿਸਟ, ਐਜ਼ ਐਨ ਇੰਡੀਵਿਜੂਅਲ, ਐਜ਼ ਐਨ ਹਿਊਮਨ ਬੀਂਗ, ਐਜ਼ ਐਨ ਯੂ ਨੋ ਹਿਮਾਇਤੀ ਆਫ ਪੰਜਾਬ, ਮੈਂ ਕੀ ਕਰ ਸਕਦਾ? ਅੱਜ ਦਰਸ਼ਕਾਂ ਦੇ ਜ਼ਿਹਨ ਦੇ ਵਿੱਚ ਇਹੀ ਸਵਾਲ ਹੋਏਗਾ ਕਿ ਮੈਂ ਕੀ ਆਪਣਾ ਯੋਗਦਾਨ ਪਾ ਸਕਦਾ, ਹਾਊ ਕੈਨ ਆਈ ਹੈਂਡਲ ਦਿਸ ਸਿਚੁਏਸ਼ਨ। ਹਾਂਜੀ, ਤੁਸੀਂ ਜੋ ਕਰ ਸਕਦੇ ਹੋ, ਸਭ ਤੋਂ ਪਹਿਲਾਂ ਸਟੈਪ ਤੁਸੀਂ ਕਰ ਰਹੇ ਹੋ, ਇਹਦੇ ਵਿੱਚ ਸਭ ਤੋਂ ਪਹਿਲਾਂ ਸਟੈਪ ਆ ਸਾਨੂੰ ਅਸਲੀ ਮੁੱਦੇ ਦੀ ਪਛਾਣ ਹੋਵੇ। ਜਿੰਨਾ ਚਿਰ ਸਾਨੂੰ ਬਿਮਾਰੀ ਨਹੀਂ ਪਤਾ, ਓਨਾ ਚਿਰ ਉਹਦਾ ਸਹੀ ਇਲਾਜ ਨਹੀਂ ਹੋ ਸਕਦਾ। ਜਿਹੜੀ ਜੇ ਬਿਮਾਰੀ ਸਾਨੂੰ ਆਈਡੈਂਟੀਫਾਈ ਹੋ ਜਾਂਦੀ ਹੈ, ਡਾਇਗਨੋਸ ਹੋ ਜਾਂਦਾ, ਅਦਰਵਾਈਜ਼ ਅਸੀਂ ਉਹ ਜਿਹੜੇ ਸਾਨੂੰ ਦਿੱਤੇ ਹੋਏ ਸਲੂਸ਼ਨ ਆ ਜਾਂ ਜਿਹੜੀਆਂ ਚੀਜ਼ਾਂ 'ਚ ਸਾਨੂੰ ਰੋਲਿਆ ਜਾ ਰਿਹਾ ਵਾ ਪਿਛਲੇ 60 ਸਾਲਾਂ 'ਚੋਂ, ਅਸੀਂ ਉਹਦੇ ਵਿੱਚ ਹੀ ਤੁਰੇ ਫਿਰਾਂਗੇ, ਉਸੇ ਗੇਮ ਪਲੈਨ ਦਾ ਹਿੱਸਾ ਬਣ ਜਾਂਗੇ। ਸਾਨੂੰ ਇਹ ਸਪਸ਼ਟ ਹੋ ਜਾਣਾ ਚਾਹੀਦਾ ਵੀ ਇਹ ਪ੍ਰੋਬਲਮ ਸਟੇਟ ਦੀ ਪੋਲਿਸੀ ਦੀ ਪ੍ਰੋਬਲਮ ਆ, ਇਹ ਪ੍ਰੋਬਲਮ ਕੋਈ ਲਾ ਦੀ ਪ੍ਰੋਬਲਮ ਨਹੀਂ, ਕੋਈ ਕੰਸਟੀਟਿਊਸ਼ਨ 'ਚ ਇਸ ਤਰੀਕੇ ਦੀ ਚੀਜ਼ ਨਹੀਂ ਹੈਗੀ। ਹਿੰਦੁਸਤਾਨ ਦਾ ਸੰਵਿਧਾਨ ਬਹੁਤ ਕਲੀਅਰ ਆ ਵੀ ਇਹ ਸਟੇਟਸ ਦੇ ਰਾਈਟ ਆ, ਇੰਟਰਨੈਸ਼ਨਲ ਰਿਪੇਰੀਅਨ ਬਹੁਤ ਕਲੀਅਰ ਆ, ਉਹ ਸੰਵਿਧਾਨ ਘਾੜੇ ਆ, ਉਹਨਾਂ ਨੂੰ ਪਤਾ, ਇਕਨੋਮਿਕਸ ਦੀ ਪਤਾ। ਗੁਲਜ਼ਾਰੀ ਲਾਲ ਨੰਦਾ ਵਨ ਆਫ ਦਾ ਬੈਸਟ ਇਕਨੋਮਿਕਸ ਪ੍ਰੋਫੈਸਰ ਸੀਗਾ ਜਿਹੜਾ ਇਹਦਾ ਡਿਜ਼ਾਇਨ ਆ, ਉਹਨੂੰ ਇਕਨੋਮਿਕਸ ਨਹੀਂ ਸੀ ਪਤਾ, ਪਤਾ ਸੀ, ਸਾਰਾ ਕੁਛ ਪਤਾ ਵਾ, ਪਰ ਇੱਥੇ ਮਨਸ਼ਾ ਦੀ ਪ੍ਰੋਬਲਮ ਆ, ਇੱਥੇ ਜਿਹੜੀ ਸਟੇਟ ਦੀ ਸੋਚ ਆ ਉਹਦਾ ਸਲੂਸ਼ਨ ਐਜ਼ ਏ ਇੰਡੀਵਿਜੂਅਲ। ਫਸਟ ਆਫ ਆਲ ਅਸੀਂ ਕਲੀਅਰ ਹੋਈਏ, ਸਾਨੂੰ ਸਾਡੀ ਪ੍ਰੋਬਲਮ ਦਾ ਸਹੀ ਰੂਪ ਵਿੱਚ ਪਤਾ ਹੋਵੇ, ਦੈਨ ਅਸੀਂ ਆਪੋ ਆਪਣੇ ਜਿਹੜੀ ਵੀ ਪਾਰਟੀ ਦੇ ਨੁਮਾਇੰਦੇ ਆ, ਖਾਸ ਕਰਕੇ ਜਿਹੜੇ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਆ, ਅਸੀਂ ਉਹਨਾਂ ਨੂੰ ਕੁਐਸਚਨ ਕਰੀਏ, ਉਹਨਾਂ ਦਾ ਸਟੈਂਡ ਜਾਣੀਏ ਉਹ ਕਿੱਥੇ ਆ, ਉਹਨਾਂ ਤੋਂ ਪੁੱਛੀਏ ਵੀ ਉਹ ਸਰਸਵਤੀ ਲਈ ਕੀ ਕਰ ਰਹੇ ਆ, ਪਿਛਲੇ ਲਈ ਰੋਂਦੇ ਆ, ਉਹ ਰੋ ਕੇ ਕੁਛ ਨਹੀਂ ਹੋਣਾ ਜੀ, ਸਾਡੇ ਰੀਓਰਗੇਨਾਈਜੇਸ਼ਨ ਐਕਟ 'ਚ ਆਹ ਧਾਰਾ ਪਾਤੀਆਂ, ਉਹ ਤਾਂ ਪਤਾ ਸੀਗਾ, ਗਾਹ ਕੀ ਹੋ ਰਿਹਾ ਕੀ ਉਹਦਾ ਨਹੀਂ ਸਾਨੂੰ ਪਤਾ, ਉਹਨੂੰ ਰੋਕਣ ਲਈ ਉੱਥੇ ਸਾਡਾ ਸਟੈਂਡ ਕੀ ਆ, ਕੀ ਅਸੀਂ ਬੋਲਡ ਸਟੈਂਡ ਲੈ ਸਕਦੇ ਹਾਂ, ਕੀ ਅਸੀਂ ਆਪੋ ਪੰਚਾਇਤ ਲੈਵਲ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਜਿਹਨੂੰ ਵੀ ਅਸੀਂ ਲਾਈਕ ਕਰਦੇ ਹਾਂ ਜਾਂ ਡਿਸਲਾਈਕ ਕਰਦੇ ਹਾਂ, ਕੀ ਅਸੀਂ ਉਹਨੂੰ ਕੁਐਸਚਨ ਕਰ ਸਕਦੇ ਹਾਂ। ਇਹ ਸਮੁੱਚੇ ਪੰਜਾਬੀਆਂ ਨੂੰ
ਕੱਲੇ ਸਿੱਖਾਂ ਨੂੰ ਨਹੀਂ, ਪਰ ਜੇ ਜੇ ਅਗਰ ਸੁਖਦੀਪ ਸਿੰਘ ਜੀ ਪੋਲੀਟੀਕਲੀ ਪੋਲੀਟੀਕਲੀ ਤੌਰ ਤੇ ਵੇਖਿਆ ਜਾਏ, ਹਿਮਾਚਲ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਚੰਡੀਗੜ੍ਹ ਦੇ ਵਿੱਚ ਵੀ ਮੈਂ ਕਹਾਂਗਾ ਕਿ ਬੀਜੇਪੀ ਦਾ ਹੱਲਾ ਬੋਲ ਹੈ, ਉੱਥੇ ਹਰਿਆਣਾ ਦੇ ਵਿੱਚ ਵੀ ਬਕਾਇਦਾ ਤੌਰ ਦੇ ਉੱਤੇ ਬੀਜੇਪੀ ਦੀ ਸਰਕਾਰ ਹੈ, ਰਾਜਸਥਾਨ ਦੇ ਵਿੱਚ ਖੈਰ ਕਾਂਗਰਸ ਦੀ ਹੈਗੀ ਹੈ, ਪਰ ਉੱਥੇ ਵੀ ਵਿਰੋਧੀ ਧਿਰ ਬੀਜੇਪੀ ਹੈਗੀ ਹੈ। ਸੋ ਇਹ ਤਾਂ ਕੇਂਦਰ ਸਰਕਾਰ ਦਾ ਆਲਰੇਡੀ ਹੀ ਪ੍ਰੈਸ਼ਰ ਹੈਗਾ। ਸੋ ਇਹ ਤਾਂ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ, ਸੁਪਰੀਮ ਕੋਰਟ ਦਾ ਫੈਸਲਾ ਭਾਵੇਂ SYL ਨੂੰ ਲੈ ਕੇ ਆਏਗਾ, ਉਹ ਤਾਂ ਅਗੇਂਸਟ ਹੀ ਹੋਣਾ, ਪੰਜਾਬ ਦੇ ਹੱਕ ਦੇ ਵਿੱਚ ਨਹੀਂ ਆਉਣਾ। ਪਰ ਜਿਹੜਾ ਪੰਜਾਬੀ ਆ, ਪੰਜਾਬੀ ਬੀਜੇਪੀ ਨੂੰ ਲਾਈਕ ਕਰਦਾ ਪੰਜਾਬੀ ਆ, ਉਹਦਾ ਫਰਜ਼ ਬਣ ਜਾਂਦਾ ਵੀ ਆਪਦੇ ਲੀਡਰ ਤੋਂ ਪੁੱਛੇ ਵੀ ਸਾਡਾ ਕੀ ਬਣੂ ਜੀ। ਠੀਕ ਹੈ, ਕਿ ਜੇ ਉਹ ਪੰਜਾਬੀ ਸਿਰਫ ਇਸ ਕਰਕੇ ਵੀ ਉਹ ਸੈਂਟਰ ਦੀ ਪਾਰਟੀ ਜਾਂ ਬੀਜੇਪੀ ਇਹ ਕਰ ਰਹੀ ਹੈ, ਉਹ ਚੁੱਪ ਰਹਿੰਦਾ ਤਾਂ ਉਹ ਆਪਦੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਉਜਾੜੂਗਾ ਕਿ ਉਹ ਪੰਜਾਬੀ ਜਿਹੜਾ ਬੀਜੇਪੀ ਦਾ ਸਪੋਰਟਰ ਆ ਉਹਦਾ ਫਰਜ਼ ਨਹੀਂ ਬਣਦਾ ਉਹ ਆਪਦੇ ਲੀਡਰਾਂ ਤੋਂ ਪੁੱਛੇ ਤੁਸੀਂ ਕਿਹੜੀ ਚੀਜ਼ ਦੇ ਲਈ ਸਾਨੂੰ ਇਹ ਸਜ਼ਾ ਦੇ ਰਹੇ ਹੋ, ਸਾਡਾ ਇਹ ਖਿੱਤੇ ਨੂੰ ਕਿਉਂ ਉਜਾੜ ਰਹੇ ਹੋ। ਉਹ ਜੇ ਕੱਲ ਨੂੰ ਆਪ ਦੀ ਆ ਤਾਂ ਆਪ ਦੇ ਜਿਹੜੇ ਸਪੋਰਟਰ ਆ ਉਹ ਆਪ ਤੋਂ ਪੁੱਛਣ। ਸੋ ਸਾਨੂੰ ਜਿਹੜੀ ਵੀ ਪਾਰਟੀ ਦੇ ਨਾਲ ਆ ਸਾਨੂੰ ਉਹਨਾਂ ਤੋਂ ਕਲੀਅਰਲੀ ਪੁੱਛਣਾ ਚਾਹੀਦਾ ਵੀ ਸਾਡਾ ਐਜ਼ ਏ ਪੰਜਾਬੀ ਇਸ ਸਾਡੇ ਸੂਬੇ ਦਾ ਜਿਹੜਾ ਇਹ ਤੁਸੀਂ ਇੱਕ ਤਰੀਕੇ ਨਾਲ ਖਾਤਮੇ ਦਾ ਮੁੱਢ ਬੰਨ ਰਹੇ ਹੋ ਜੀ, ਇਹਦੇ ਬਾਰੇ ਉਹ ਉਹਨਾਂ ਦਾ ਸਟੈਂਡ ਸਪੱਸ਼ਟ ਕਰਨਾ ਪਊ। ਬਿਲਕੁਲ ਸੁਖਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਔਰ ਇਸ ਅਹਿਮ ਵਿਸ਼ੇ ਦੇ ਉੱਤੇ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਔਰ ਬੈਸਟ ਆਫ ਲੱਕ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਦੇ ਉੱਤੇ ਤੁਸੀਂ ਅਜਿਹੀ ਡਾਕੂਮੈਂਟਰੀ ਬਣਾਓਗੇ ਕਿ ਜਿਸ ਕਰਕੇ ਯੰਗ ਜਨਰੇਸ਼ਨ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਹਿਮਾਇਤੀ ਹਨ ਉਹਨਾਂ ਨੂੰ ਪਤਾ ਚੱਲ ਸਕੇ ਔਰ ਪੰਜਾਬ ਦਾ ਘਾਣ ਜਿਹੜਾ ਆਲਰੇਡੀ ਪਿਛਲੇ ਲਗਭਗ 70 ਸਾਲਾਂ ਤੋਂ ਹੋਇਆ ਉਹ ਘਾਣ ਨਾ ਹੋਵੇ, ਜਿਹੜੀ ਤ੍ਰਾਸਦੀ ਅੱਜ ਕੌਮ ਦੇ ਵਿੱਚ ਔਰ ਮੈਂ ਕਹਾਂਗਾ ਨਾ ਸਿਆਸਤਦਾਨਾਂ ਦੇ ਵਿੱਚ ਹੈ, ਪੰਜਾਬ ਦੇ ਲੋਕਾਂ ਨੂੰ, ਸਿੱਖ ਡਾਇਸਪੋਰਾ ਨੂੰ, ਪੰਜਾਬੀਆਂ ਨੂੰ, NRI ਨੂੰ ਗੁੰਮਰਾਹ ਕੀਤਾ ਜਾਂਦਾ ਹੈ ਹੋਰ ਮੁੱਦਿਆਂ ਦੇ ਉੱਤੇ। ਲੇਕਿਨ ਤੁਸੀਂ ਜਿਹੜੀ ਗੱਲ ਕਹੀ, ਆਈ ਥਿੰਕ ਆਈ ਐਗਰੀ ਵਿਦ ਯੂ ਕਿ ਜਿਹੜਾ ਰੀਪ੍ਰਜੈਂਟੇਟਿਵ ਹੈਗਾ, ਭਾਵੇਂ ਉਹ ਤੁਹਾਡਾ ਉੱਥੇ ਦਾ MC ਹੈਗਾ, ਭਾਵੇਂ ਉਹ MLA ਹੈਗਾ, ਭਾਵੇਂ ਉਹ MP ਹੈਗਾ, ਉਹਨੂੰ ਜ਼ਰੂਰ ਸਵਾਲ ਕੀਤਾ ਜਾਣਾ ਚਾਹੀਦਾ, ਔਰ ਹਰ ਡਿਸਟ੍ਰਿਕਟ ਦਾ ਜਿਹੜਾ ਰੀਪ੍ਰਜੈਂਟੇਟਿਵ ਹੈਗਾ ਉਹਨੂੰ ਜ਼ਰੂਰ ਇਸ ਬਾਰੇ ਸਵਾਲ ਪੁੱਛਣਾ ਸਾਡਾ ਹੱਕ ਹੈਗਾ। ਭਾਵੇਂ ਅੱਜ ਅਸੀਂ ਆ ਕੇ ਅਮੈਰੀਕਾ, ਕੈਨੇਡਾ, ਹੋਰ ਵੱਖ ਵੱਖ ਮੁਲਕਾਂ ਦੇ ਵਿੱਚ ਵੱਸ ਗਏ ਹਾਂ, ਲੇਕਿਨ ਅੱਜ ਵੀ ਸਾਡੇ ਮਨ ਉੱਥੇ ਜੁੜੇ ਹੋਏ ਨੇ। ਅਗਰ ਅਸੀਂ ਆਪਣੇ ਰਿਲੇਟਿਵਸ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਜ਼ਰੂਰ ਅਸੀਂ ਇਸ ਇਸ਼ੂ ਨੂੰ ਵੀ ਸੁਲਝਾਈਏ। ਸੁਖਦੀਪ ਸਿੰਘ ਹੋਰਾਂ ਨੇ ਮੁਹਿੰਮ ਸ਼ੁਰੂ ਕੀਤੀ ਹੈ, ਯੂਟਿਊਬ ਦੇ ਉੱਤੇ ਬਕਾਇਦਾ ਇਹ ਡਾਕੂਮੈਂਟਰੀ ਅਵੇਲੇਬਲ ਹੈਗੀ ਹੈ, ਤੁਸੀਂ ਫਾਈਨਲ ਅਸਾਲਟ ਪਾਓਗੇ ਤਾਂ ਤੁਹਾਨੂੰ ਇਹ ਡਾਕੂਮੈਂਟਰੀ ਮਿਲੇਗੀ। ਮੈਂ ਦਰਸ਼ਕਾਂ ਨੂੰ ਜ਼ਰੂਰ ਅਪੀਲ ਕਰਾਂਗਾ ਕਿ ਇਸ ਡਾਕੂਮੈਂਟਰੀ ਨੂੰ ਤੁਸੀਂ ਜ਼ਰੂਰ ਵੇਖਿਓ। ਸੁਖਦੀਪ ਜੀ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਵੀਰ ਜੀ, ਸਾਰੇ ਪੰਜਾਬੀਆਂ ਨੂੰ, ਚਾਹੇ ਉਹ ਡਾਇਸਪੋਰਾ ਪੰਜਾਬੀ ਆ, ਬਾਹਰ ਬੈਠੇ ਆ, ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰੂੰਗਾ ਕਿਉਂਕਿ ਇਹ ਉਜਾੜਾ ਪੰਜਾਬ ਦਾ ਹੈਗਾ। ਅਸਲ 'ਚ ਸਾਡੀ ਜਿਹੜੀ ਲੜਾਈ ਪਿੱਛੇ ਇਸ ਕਰਕੇ ਵੀ ਕਿਸੇ ਤਣ ਪੱਤਣ ਨਾ ਲੱਗੀ ਕਿਉਂਕਿ ਇਸ ਲੜਾਈ ਜਿਹੜੀ ਪੰਜਾਬ ਦੀ ਸੀ ਇਹਨੂੰ ਸਿੱਖਾਂ ਦੀ ਲੜਾਈ ਬਣਾ ਕੇ ਪੇਸ਼ ਕਰ ਦਿੱਤਾ। ਜਦੋਂ ਉਜੜਿਆ, ਸ਼ਹਿਰੀ ਪੰਜਾਬੀ ਨੇ ਵੀ ਉਜੜਨਾ, ਪੇਂਡੂ ਪੰਜਾਬੀ ਨੇ ਵੀ ਉਜੜਨਾ, ਪੜ੍ਹੇ ਲਿਖੇ ਨੇ ਵੀ ਉਜੜਨਾ, ਅਨਪੜ੍ਹ ਨੇ ਵੀ ਉਜੜਨਾ। ਸੋ ਇਸ ਕਰਕੇ ਸਾਡੀ ਇੱਕ ਕਲੈਕਟਿਵ ਫਾਈਟ ਆ, ਸਾਰੇ ਪੰਜਾਬੀਆਂ ਦੀ ਲੜਾਈ ਆ। ਇਹਦੇ ਲਈ ਅਸੀਂ ਜਾਗਰੂਕ ਹੋਈਏ, ਸਾਡੇ ਨਾਲ ਕੀ ਖੇਡ ਖੇਡੀ ਜਾ ਰਹੀ ਆ ਉਹ ਦੇਖੀਏ, ਅਸੀਂ ਪਾਰਟੀ ਲੈਵਲ ਤੋਂ ਉੱਥੇ ਉੱਠੀਏ, ਅਸੀਂ ਪੰਜਾਬ ਨੂੰ ਸਮਰਪਿਤ ਹੋਈਏ ਤੇ ਅਸੀਂ ਆਪਦੇ ਸਾਰੇ ਰੀਪ੍ਰਜੈਂਟੇਟਿਵ ਜਿਹੜੇ ਵੀ ਹੈਗੇ ਆ ਸਾਡੇ ਪਾਰਟੀ, ਉਹਨਾਂ ਨੂੰ ਕੁਐਸਚਨ ਕਰੀਏ, ਉਹਨਾਂ ਨੂੰ ਕਟਾਰੇ 'ਚ ਖੜਾ ਕਰੀਏ, ਤਾਂ ਕਿ ਅਸੀਂ ਅੱਖਾਂ ਮੀਚ ਕੇ ਪਾਰਟੀ ਦੇ ਪਿੱਛੇ ਇਸ ਕਰਕੇ ਨਾ ਤੁਰੇ ਫਿਰੀਏ ਵੀ ਅਸੀਂ ਉਸ ਪਾਰਟੀ ਦੇ ਵਰਕਰ ਹਾਂ ਜਾਂ ਨੁਮਾਇੰਦੇ ਹਾਂ, ਉਹਦੇ ਵਿੱਚ ਸਾਡਾ ਘਰ ਉੱਜੜ ਜਾਵੇ, ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੋਂ ਉੱਜੜ ਜਾਣ, ਸਾਨੂੰ ਇਤਿਹਾਸ ਮਾਫ਼ ਨਹੀਂ ਕਰੂਗਾ। ਸੋ ਸਾਨੂੰ ਸਾਰਿਆਂ ਨੂੰ ਅਵੇਅਰ ਹੋ ਕੇ ਐਜ ਏ ਪੰਜਾਬੀ ਉੱਠ ਕੇ ਇਸ ਜਿਹੜੇ ਪੰਜਾਬ ਦੇ ਉਜਾੜੇ ਦਾ ਜਿਹੜਾ ਮੁੱਢ ਵੱਜ ਚੁੱਕਿਆ ਤੇ ਬੜੇ ਅਗਰੈਸਿਵਲੀ ਜੀਤੇ ਕੰਮ ਹੋ ਰਿਹਾ, ਉਹਨੂੰ ਸਟਾਪ ਕਰਨ ਦੀ ਲੋੜ ਹੈ। ਮਿਹਰਬਾਨੀ ਤੁਹਾਡੀ ਸੁਖਦੀਪ ਸਿੰਘ ਜੀ, ਸਾਡੇ ਨਾਲ ਜੁੜੇ, ਇਸ ਅਹਿਮ ਵਿਸ਼ੇ ਦੇ ਉੱਤੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਸੋ ਇਹ ਸੀਗੇ ਫਾਈਨਲ ਅਸਾਲਟ ਦੇ ਰਾਈਟਰ ਅਤੇ ਡਾਇਰੈਕਟਰ ਸੁਖਦੀਪ ਸਿੰਘ, ਜਿਨ੍ਹਾਂ ਨੇ ਬਕਾਇਦਾ ਇਸ ਡਾਕੂਮੈਂਟਰੀ ਦੇ ਵਿੱਚ ਵੇਰਵਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਦਿੱਤਾ। ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਬ੍ਰੇਕ ਤੋਂ ਬਾਅਦ ਲਗਾਤਾਰ ਮੁੱਦਾ ਜਾਰੀ ਰਹੇਗਾ। ਅਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ, ਤੁਸੀਂ ਸੁਣਿਆ ਸੁਖਦੀਪ ਸਿੰਘ ਹੋਰਾਂ ਨੂੰ, ਜਿਨ੍ਹਾਂ ਨੇ ਕਈ ਗੱਲਾਂ ਵਿਸਥਾਰ ਦੇ ਵਿੱਚ ਦੱਸੀਆਂ, ਕਈ ਸਾਰੇ ਖੁਲਾਸੇ ਉਹਨਾਂ ਨੇ ਕੀਤੇ ਕਿ ਕਿਸ ਤਰੀਕੇ ਨਾਲ ਲੁੱਟ ਖੋਹ ਪਾਣੀ ਦੀ ਕੀਤੀ ਗਈ, ਗੁੰਮਰਾਹ ਲੋਕਾਂ ਨੂੰ ਕੀਤਾ ਜਾ ਰਿਹਾ, ਭਾਵੇਂ ਮੁੱਦਾ ਹੁਣ SYL ਨੂੰ ਲੈ ਕੇ ਜਿਹੜਾ ਸਾਹਮਣੇ ਰੱਖਿਆ ਜਾ ਰਿਹਾ, ਫੈਸਲਾ ਹੱਕ ਦੇ ਵਿੱਚ ਆਉਂਦਾ ਜਾਂ ਫਿਰ ਹੱਕ ਦੇ ਵਿੱਚ ਨਹੀਂ ਆਉਂਦਾ, ਮੁੱਦਾ ਇਹ ਨਹੀਂ, ਮੁੱਦਾ ਹੈ ਕਿ ਆਜ਼ਾਦੀ ਤੋਂ ਬਾਅਦ ਤੋਂ ਹੀ ਸਾਡੇ ਤੋਂ ਪਾਣੀ ਲੈ ਗਿਆ ਸੀਗਾ। ਕਈ ਸਾਰੇ ਕਾਲਰ ਸਾਡੇ ਨਾਲ ਇਸ ਮੁਤਲਕ ਜੁੜ ਚੁੱਕੇ ਨੇ, ਆਪਣੇ ਵਿਚਾਰ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦੇ ਹਨ, ਤੁਸੀਂ ਵੀ ਲਾਈਵ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਹੁਣ ਸਮਾਂ ਜੀ ਤੁਹਾਡੀ ਕਾਲਸ ਲੈਣ ਦਾ,
ਲੈਣੇ ਜੀ ਅਸੀਂ ਆਪਣੇ ਪਹਿਲੇ ਕਾਲਰ ਦੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਔਨ ਹਰਕੀਰਤ ਸਿੰਘ ਜੀ, ਮੈਂ ਰੇਸ਼ਮ ਸਿੰਘ ਬੋਲਦਾ ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ ਰੇਸ਼ਮ ਸਿੰਘ ਜੀ, ਕੀ ਕਹਿਣਾ ਚਾਹੋਗੇ? ਤੁਹਾਡਾ ਮੁੱਦਾ ਲਿਆਉਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਪਾਣੀ ਦਾ, ਪੰਜਾਬ ਦਾ ਮੁੱਦਾ ਲਿਆਂਦਾ। ਪਾਣੀ ਜੀਵਨ ਆ, ਪਾਣੀ ਤੋਂ ਬਿਨਾਂ ਜੀਵਨ ਨਹੀਂ ਹੋ ਸਕਦਾ। ਜੀ ਜੀ ਜੀ, ਇਹਦੇ ਵਿੱਚ ਪਿੱਛੇ ਬਹੁਤ ਗਹਿਰੇ ਵੀ ਮਤਲਬ ਸੋਚਣ ਦੀ ਲੋੜ ਆ। ਜਦੋਂ 1947 ਦੇ ਵਿੱਚ ਮੁਲਕ ਆਜ਼ਾਦ ਹੋਇਆ, ਤਿੰਨ ਮਤਲਬ ਜਿਹੜੇ ਦਰਿਆ ਸੀ ਉਹ ਪੰਜਾਬ ਦੇ ਵਿੱਚ ਸੀਗੇ, ਦੋ ਪਾਕਿਸਤਾਨ ਚੱਲ ਗਏ, ਸਤਲੁਜ ਰਾਵੀ ਤੇ ਬਿਆਸ, ਪੰਜਾਬ ਇੱਧਰਲੇ ਇੰਡੀਆ 'ਚ ਰਹਿ ਗਿਆ। ਤੇ ਜਦੋਂ ਮਤਲਬ ਅੰਤਰਰਾਸ਼ਟਰੀ ਪਾਣੀ ਦੇ ਬੋਰਡ ਨੇ ਇਹਦਾ ਫੈਸਲਾ ਕੀਤਾ ਕਿ ਤੁਸੀਂ ਪਾਣੀ ਦਾ ਪੈਸਾ ਲੈ ਲਓ, ਤੇ ਜਿਹੜਾ ਪੰਜਾਬ ਪਾਕਿਸਤਾਨ ਨੂੰ ਪਾਣੀ ਜਾਂਦਾ ਤੁਸੀਂ ਉਹਨੂੰ ਬੰਨ ਕੇ ਆਪਣੇ ਵਾਲੇ ਪਾਸੇ ਵਰਤ ਸਕਦੇ ਹੋ। ਜੀ, ਪਾਕਿਸਤਾਨ ਨੂੰ ਪੈਸੇ ਵੀ ਦਿੱਤੇ, ਪਰ ਇਹਨਾਂ 'ਚ ਇੰਨੀ ਮਤਲਬ ਗੁੰਜਾਇਸ਼ ਜਾਂ ਇੰਨੀ ਹਿੰਮਤ ਨਹੀਂ ਸੀ ਕਿ ਉਸ ਪਾਣੀ ਨੂੰ ਆਪਣੇ ਵਾਲੇ ਪਾਸੇ ਵਰਤ ਸਕਦੇ। ਅੱਜ ਵੀ ਪਾਣੀ ਬੇਹਿਸਾਬ ਉੱਧਰ ਜਾ ਰਿਹਾ। ਜੀ, ਹੁਣ ਮੈਂ ਪੰਜਾਬ ਦੇ ਪਾਣੀ ਦੀ ਗੱਲ ਕਰਨ ਲੱਗਾ। ਪੰਜਾਬ ਦਾ ਪਾਣੀ ਜਿਹੜਾ ਰਾਜਸਥਾਨ ਨੂੰ ਜਾ ਰਿਹਾ 1955 ਦੇ ਵਿੱਚ ਜਾਂ 1954 'ਚ 52 'ਚ ਨਹਿਰ ਬਣੀ ਆ, ਉਸ ਵੇਲੇ ਪੰਜਾਬ ਇੱਕ ਸੀ। ਉਹਦੇ ਵਿੱਚ ਹਿਮਾਚਲ, ਹਰਿਆਣਾ ਅਤੇ ਪੰਜਾਬ ਮੌਜੂਦਾ ਜਿਹੜੇ ਸੀਗੇ ਇੱਕ ਸਟੇਟ ਸੀ। ਜੀ, ਪੰਜਾਬ ਦੇ ਵਿੱਚ ਪਾਣੀ ਜ਼ਿਆਦਾ ਆ ਜਾਵੇ ਤਾਂ ਮੌਤ ਆ, ਪੰਜਾਬ 'ਚ ਪਾਣੀ ਨਾ ਆਵੇ ਤਾਂ ਮੌਤ ਆ। ਉਸ ਵੇਲੇ ਪਾਣੀ ਬਹੁਤ ਜ਼ਿਆਦਾ ਪੰਜਾਬ 'ਚ ਸੇਮ ਪੈ ਜਾਂਦੇ ਸੀ, ਹੜ੍ਹ ਆਉਂਦੇ ਸੀ। ਜੀ, ਜੋ ਪਾਣੀ ਇਸ ਵੇਲੇ ਮੌਜੂਦਾ ਪੰਜਾਬ ਆ, ਪੰਜਾਬ 'ਚ ਨਹੀਂ ਪੈਦਾ ਹੋ ਰਿਹਾ। ਇੱਕ ਗੱਲ ਤਾਂ ਸਮਝ ਲੈਣੀ ਹੈ, ਬਹੁਤ ਜ਼ਰੂਰੀ ਆ, ਹਿਮਾਚਲ 'ਚੋਂ ਆ ਰਿਹਾ ਪਾਣੀ ਸਾਰਾ ਹੀ। ਜੀ, ਪੰਜਾਬ ਉਸ ਪਾਣੀ ਨੂੰ ਸੰਭਾਲਦਾ। ਜੇ ਪੰਜਾਬ ਪਾਣੀ ਨੂੰ ਸੰਭਾਲਦਾ ਤਾਂ ਮਰਦਾ, ਨਾ ਸੰਭਾਲਦਾ ਤਾਂ ਮੌਤ ਆ। ਪਾਣੀ ਗਾਹਾਂ ਗਾਹਾਂ ਕੱਢ ਦਿੱਤਾ ਰਾਜਸਥਾਨ ਨੂੰ। ਇੱਥੇ ਇੱਕ ਗੱਲ ਬੜੀ ਲੋੜੀਂਦੀ ਚਾਹੀਦੀ ਸੀ ਕਿ ਜੇ ਪਾਣੀ ਅਸੀਂ ਦੂਜੇ ਨੂੰ ਦੇਣਾ, ਉੱਥੋਂ ਲੈਣਾ ਸੀ ਕੀ ਆ? ਕਿਸੇ ਨੇ ਇਸ ਚੀਜ਼ ਨੂੰ ਸੋਚਿਆ ਨਹੀਂ। ਅਸੀਂ ਜੋ ਫੈਸਲਾ ਅੱਜ ਕਰਦੇ, ਅਸੀਂ ਆਉਣ ਵਾਲੇ 20 ਸਾਲਾਂ ਬਾਰੇ ਕਦੇ ਨਹੀਂ ਸੋਚਦੇ, ਹੁਣ ਬਾਰੇ ਸੋਚਦੇ। 1977 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸੀ ਮਤਲਬ ਪ੍ਰਕਾਸ਼ ਸਿੰਘ ਬਾਦਲ, ਹਰਿਆਣੇ ਦਾ ਮੁੱਖ ਮੰਤਰੀ ਸੀ ਦੇਵੀ ਲਾਲ। ਇਹਨਾਂ ਨੇ ਜਮੁਨਾ, ਜਿਹੜੀ ਜਮੁਨਾ ਲਿੰਕ ਨਹਿਰ ਆ, ਉਹਦਾ ਸੌਦਾ ਕੀਤਾ ਕਿ ਸਾਨੂੰ ਤੋਂ ਪੰਜਾਬ ਦਾ ਪਾਣੀ ਦੇ। ਮਤਲਬ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ, ਅਸੀਂ ਤਿੰਨ ਗੁੜਗਾਓਂ ਦੇ ਵਿੱਚ ਆਪਣੇ ਮਤਲਬ ਹੋਟਲ ਲੈ ਕੇ ਦਿੰਦੇ, ਜ਼ਮੀਨ ਲੈ ਕੇ ਦਿੰਦੇ। ਅੱਜ ਵੀ ਮੈਂ ਉਸਦੇ ਕਾਗਜ਼ ਮੌਜੂਦ ਆ, ਕਪੂਰੀ ਦੀ ਨਹਿਰ ਇਹਨਾਂ ਨੇ ਪੈਦਾ ਕੀਤੀ ਆ। ਜੀ, ਨਿੱਕੇ ਪੈਸੇ ਦਾ ਸਮਝੌਤਾ ਕਰਨ ਲੱਗਿਆ ਨੇ, ਇਹਨਾਂ ਨੇ ਸੋਚਿਆ ਕਿ ਪੰਜਾਬ ਦਾ ਪਾਣੀ ਅਸੀਂ ਮੁਫ਼ਤ ਵਿੱਚ ਕਿਸੇ ਨੂੰ ਕਿਉਂ ਦੇ ਰਹੇ ਹਾਂ। ਅੱਜ ਭਾਵੇਂ ਕੁਛ ਫਿਰ ਦੂਜੀ ਤੁਸੀਂ ਗੱਲ ਕੀਤੀ ਸੀ ਕਿ ਜਿਸ ਖੇਤਰ ਦੇ ਵਿੱਚੋਂ ਮਤਲਬ ਕੋਈ ਵੀ ਦਰਿਆ ਲੰਘਦਾ ਉਹਦਾ ਹੱਕ ਆ ਉਹਦੇ ਉੱਤੇ। ਹਰਿਆਣਾ ਆਪਣੇ ਬਿਹਾਰ ਦੇ ਅੰਦਰ ਕੋਲਾ ਪੈਦਾ ਹੁੰਦਾ, ਬੰਗਾਲ ਦੇ ਅੰਦਰ ਲੋਹਾ ਕੋਲਾ ਪੈਦਾ ਹੁੰਦਾ, ਉਹ ਨਹੀਂ ਕੱਢਦੇ, ਕਿਸੇ ਨੂੰ ਕੋਈ ਦੁੱਖ ਨਹੀਂ ਹੈਗਾ ਪਿਆ ਉੱਥੇ। ਪਰ ਅਸੀਂ ਤਾਂ ਪੰਜਾਬ ਦਾ ਪਾਣੀ ਰੋਕ ਹੀ ਨਹੀਂ ਸਕਦੇ। ਜੇ ਅਸੀਂ ਅੱਜ ਪੰਜਾਬ ਦਾ ਪਾਣੀ ਮਤਲਬ ਮਹਾਰਾਸ਼ਟਰ ਨੂੰ ਜਾਣਾ, ਅਸੀਂ ਤਾਂ ਵੀ ਮਰਦੇ ਹਾਂ। ਜੀ, ਕਿਉਂ ਸਾਡੇ ਅੰਦਰ ਸੇਮ ਹੀ ਇੰਨੀ ਕੁ ਪੈ ਜਾਏਗੀ, ਪਾਣੀ ਤੋਂ ਬਿਨਾਂ ਵੀ ਅਸੀਂ ਮਰਦੇ, ਪਾਣੀ ਦੇ ਨਾਲ ਵੀ ਮਰ ਜਾਣਾ। ਪਰ ਸਾਨੂੰ ਇਹਦੀ ਕੀਮਤ ਲੈਣ ਦਾ ਹੱਕ ਹੀ ਨਹੀਂ ਆਇਆ। ਪੰਜਾਬ ਇਸ ਵੇਲੇ ਚੁਰਾਹੇ ਦੇ ਵਿੱਚ ਖੜੀ ਇੱਕ ਟਾਹਲੀ ਦੀ ਤਰ੍ਹਾਂ ਆ, ਜਿਹਦਾ ਕੋਈ ਵਾਲੀ ਵਾਰਸ ਨਹੀਂ ਹੈਗਾ। ਜੀ ਜੀ, ਜਿਹੜਾ ਚਾਹੇ ਜਦ ਮਰਜ਼ੀ ਉੱਥੋਂ ਚਾਰ ਸ਼ਿੰਗਾਂ ਲਾ ਕੇ ਘਰ ਲੈ ਆਉਂਦਾ, ਕੋਈ ਵਾਲੀ ਵਾਰਸ ਨਹੀਂ। ਵੱਖਰੀ ਗੱਲ ਆ ਕਿ ਮਤਲਬ ਇਸ ਵੇਲੇ ਅਸੀਂ ਪਾਣੀਆਂ ਦੀ ਗੱਲ ਤਾਂ ਬਹੁਤ ਕਰਦੇ ਹਾਂ, ਪਰ ਸਾਡੇ ਅੰਦਰ ਕੋਈ ਅਮਲ ਕੋਈ ਵੀ ਨਹੀਂ ਹੈਗਾ। ਮੁੱਦਾ ਲਿਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਰੇਸ਼ਮ ਸਿੰਘ ਜੀ, ਤੁਸੀਂ ਬਹੁਤ ਵਿਸਥਾਰ ਦੇ ਵਿੱਚ ਸਮਝਾਇਆ ਸਾਡੇ ਦਰਸ਼ਕਾਂ ਨੂੰ, ਕਾਫੀ ਸਾਰੇ ਕਾਲਰਸ ਹੋਰ ਵੀ ਨੇ, ਉਹਨਾਂ ਨੂੰ ਵੀ ਆਪਾਂ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਪੰਜਾਬ ਦਾ ਨਾਂ ਪਤਾ ਕਿਉਂ ਬਣਿਆ? ਪੰਜ ਆਬ, ਆਬ ਫਾਰਸੀ ਦਾ ਲਫ਼ਜ਼ ਹੈ ਪਾਣੀ, ਪੰਜਾਬ। ਜੇ ਤੁਸੀਂ ਆਬ ਚੋਂ ਕੱਢਦੇ ਹੋ ਤੇ ਬਚ ਕੀ ਰਹਿ ਜਾਂਦਾ। ਸੋ ਇਸ ਨੂੰ ਇਸ ਵਕਤ ਸਿਰਫ ਇਹ ਪੰਜਾਬ ਦੀ ਗ੍ਰੇਨਰੀ ਨਹੀਂ ਹੈ, ਇਹ ਹਿੰਦੁਸਤਾਨ ਦੀ ਗ੍ਰੇਨਰੀ ਹੈ। 38% ਫੂਡ ਜਿਹੜੇ ਜ਼ਰਬਾ ਇੱਥੋਂ ਪੰਜਾਬ ਤੋਂ ਜਾਂਦਾ। ਜੇ ਇਹ ਜੀ ਗਲਤੀ ਕਰਨਗੇ ਨਾ, ਇਹਨਾਂ ਨੂੰ ਪਛਤਾਉਣਾ ਪਏਗਾ, ਸਾਰੇ ਜਿਹੜੇ ਫਿਰਦੇ ਆ ਭਗਵਾ ਕਰਨ ਕਰਨ ਵਾਲੇ। ਤੇ ਚਾਹੀਦਾ ਹੁਣ ਇਸ ਵਕਤ ਇਹ ਆਪਦੇ ਜਾਤ ਪਾਤ ਨੂੰ ਭੁੱਲ ਕੇ ਸਭ ਕੁਝ ਕਰਕੇ ਆਪਦੇ ਪਾਣੀ ਨੂੰ ਸੰਭਾਲਣ, ਤਾਂ ਕਿ ਉਹ ਸਰਵਾਈਵ ਕਰ ਸਕਣ। ਡਾਕਟਰ ਸਾਹਿਬ, ਤੁਹਾਡਾ ਰਾਬਤਾ ਗ੍ਰੀਨ ਰੈਵੋਲੂਸ਼ਨ ਦੇ ਨਾਲ ਵੀ ਰਿਹਾ, ਔਰ ਲੱਗਦਾ ਕਿ ਗ੍ਰੀਨ ਰੈਵੋਲੂਸ਼ਨ ਦੇ ਸਮੇਂ ਜੇਕਰ ਇਹਨੂੰ ਰੋਕਿਆ ਜਾ ਸਕਦਾ ਸੀਗਾ, ਅਗਰ ਸਰਕਾਰਾਂ ਸੋਚਦੀਆਂ ਤਾਂ, ਅੱਜ ਇਤਰਾਜ਼ਦੀ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਨਹੀਂ ਵੇਖਣੀ ਪੈਂਦੀ। ਦੈਟਸ ਟਰੂ। ਪਰ ਅਸੀਂ ਦੇਖੋ ਜੀ, ਉਹ ਗ੍ਰੀਨ ਰੈਵੋਲੂਸ਼ਨ ਨਾ ਆਉਂਦਾ ਨਾ ਜੀ, ਅੱਜ 1/3 ਹਿੰਦੁਸਤਾਨ ਦੀ ਪਾਪੂਲੇਸ਼ਨ ਭੁੱਖੇ ਮਰ ਜਾਣੀ ਸੀ। ਜੀ, ਇਹ ਪੰਜਾਬ ਦੀ ਕੰਟਰੀਬਿਊਸ਼ਨ ਆ। ਜੀ, ਪੰਜਾਬ PAG ਤੋਂ ਸ਼ੁਰੂ ਹੋਇਆ ਸੀ ਗ੍ਰੀਨ ਰੈਵੋਲੂਸ਼ਨ, ਆਈ ਵਾਸ ਅ ਪਾਰਟ ਆਫ ਦ ਮੈਮ। ਇਸ ਵਕਤ ਵੀ ਜੇ ਇਹ ਨਾ ਸੰਭਲੇ
ਤਾਂ ਕਈ ਜਨਰੇਸ਼ਨ ਨੂੰ ਸਫਰ ਕਰਨਾ ਪੈਣਾ। ਬੈਟਰ ਇਹੀ ਹੈ ਬੀ ਪ੍ਰੋਐਕਟਿਵ ਜੀ, ਗੈਟ ਟੂਗੈਦਰ, ਡਜ਼ਨਟ ਮੈਟਰ ਕੀ ਤੁਹਾਡੀ ਜਾਤ ਪਾਤ ਜਾਂ ਕੋਈ ਧਰਮ ਹੈ, ਇਹ ਪਾਣੀ ਦਾ ਮੁੱਦਾ ਹੈ, ਇਹ ਲਾਈਫ ਐਂਡ ਡੈਥ ਦਾ ਮਸਲਾ ਹੈ, ਸਰਵਾਈਵਲ ਦਾ ਮਸਲਾ। ਇਸ ਲਈ ਮੈਂ ਬੇਨਤੀ ਕਰਦਾ ਜੋ ਵੀ ਇਹ ਯੁੱਗ, ਮੈਨੂੰ ਤੁਸੀਂ ਅਟੈਕ 'ਚ ਭੇਜੋ ਸੁਖਦੀਪ ਸਿੰਘ ਦਾ, ਆਈ ਵਾਂਟ ਟੂ ਕੰਗਰੈਚੁਲੇਟ ਹਿਮ ਔਨ ਹਿਸ ਵਰਕ। ਸ਼ੋਰ, ਹੀ ਡਿਡ ਅ ਗੁੱਡ ਜੌਬ, ਗੁੱਡ ਜੌਬ, ਤੁਸੀਂ ਵੀ ਬਹੁਤ ਅੱਛਾ ਕੀਤਾ। ਚੰਗਾ ਜੀ, ਮਿਹਰਬਾਨੀ ਮਿਹਰਬਾਨੀ ਡਾਕਟਰ ਸਾਹਿਬ ਸਾਡੇ ਨਾਲ ਜੁੜੇ। ਸੋ ਇਹੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਇਹਨਾਂ ਮੁੱਦਿਆਂ ਨੂੰ ਸਾਹਮਣੇ ਲਿਆਉਂਦਾ ਜਾਵੇ, ਕਿਉਂਕਿ ਅਸਲੀ ਮੁੱਦੇ ਜਿਹੜੇ ਪੰਜਾਬ ਦੇ ਨੇ ਉਹ ਇਹ ਮੁੱਦੇ ਨੇ। ਪਾਣੀਆਂ ਦਾ ਮੁੱਦਾ ਪੰਜਾਬ ਦਾ ਸਭ ਤੋਂ ਅਹਿਮ ਇਸ ਟਾਈਮ ਵਿਸ਼ਾ ਬਣਿਆ ਹੋਇਆ। ਤੁਸੀਂ ਵੀ ਅਗਰ ਕੋਈ ਰਿਸਰਚ ਅਤੇ ਕੋਈ ਇਨਫੋਰਮੇਸ਼ਨ ਜੁਟਾਈ ਹੈ ਤਾਂ ਜਸ ਪੰਜਾਬੀ ਨੇ ਇਸ ਮੁਹਿੰਮ ਨੂੰ ਸ਼ੁਰੂ ਕੀਤਾ, ਤੁਸੀਂ ਈਮੇਲ ਰਾਹੀਂ ਸਾਨੂੰ ਲਿਖ ਕੇ ਭੇਜ ਸਕਦੇ ਹੋ, harkirat@jasbroadcasting.com, info@jasbroadcasting.com ਦੇ ਉੱਤੇ। ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਅਹਿਮ ਅਗਰ ਅਸੀਂ ਮੰਨੀਏ ਤਾਂ ਇਸੀ ਵਿਸ਼ੇ ਦੇ ਉੱਤੇ ਚਰਚਾ ਕਰਨੀ ਬਣਦੀ ਹੈ। ਲਗਾਤਾਰ ਸਵਾਲ ਵੀ ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਰੇਗਾ, ਔਰ ਕੋਸ਼ਿਸ਼ ਇਹ ਕੀਤੀ ਜਾਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਆਂਦਾ ਜਾਵੇ, ਔਰ ਕਈ ਅਹਿਮ ਸਵਾਲ ਜਿਹੜੇ ਨੇ ਇਸ ਮੁੱਦੇ ਨੂੰ ਲੈ ਕੇ ਜਿਹੜੇ ਨੇ ਉਹ ਕੀਤੇ ਜਾਣ। ਕੋਸ਼ਿਸ਼ ਸਾਡੀ ਲਗਾਤਾਰ ਜਾਰੀ ਰਹਿੰਦੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰੱਖਾਂਗੇ। ਫਿਲਹਾਲ ਮੈਂ ਅੱਜ ਤੋਂ ਇਸ ਪ੍ਰੋਗਰਾਮ ਤੋਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਜਿਨ੍ਹਾਂ ਦੀ ਕਾਲਰਸ ਦੀ ਮੈਂ ਕਾਲਸ ਨਹੀਂ ਚੱਕ ਪਾਇਆ ਮੈਂ ਉਹਨਾਂ ਤੋਂ ਮਾਫ਼ੀ ਚਾਹੁੰਦਾ, ਕਿਉਂਕਿ ਮੈਂ ਸਮੇਂ ਮੇਰੇ ਕੋਲ ਨਹੀਂ ਹੈਗਾ। ਜੇਕਰ ਮੇਰੇ ਕੋਲ ਸਮੇਂ ਹੁੰਦਾ ਤਾਂ ਮੈਂ ਤੁਹਾਡੀਆਂ ਕਾਲਾਂ ਜ਼ਰੂਰ ਚੱਕਦਾ, ਅਤੇ ਨਾਲ ਮੈਂ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦੇਵਾਂ ਕਿ ਇਸ ਵਿਸ਼ੇ ਦੇ ਉੱਤੇ ਵੀ ਅਸੀਂ ਆਪਣੀ ਜ਼ਰੂਰ ਹੋਰ ਰਿਸਰਚ ਕਰਕੇ ਰੱਖੀਏ, ਤਾਂ ਕਿ ਇਨਫੋਰਮੇਸ਼ਨ ਜੁਟਾ ਕੇ ਅਸੀਂ ਬਾਕਾਇਦਾ ਨੌਕ ਨੌਕ ਕਰੀਏ, ਤਾਂ ਕਿ ਇਸ ਮੁੱਦੇ ਦੇ ਉੱਤੇ ਵੀ ਸਾਡੀ ਗੱਲ ਬਣ ਸਕੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਦੇਵੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।